ਗੁਰਦੁਆਰਾ ਹੀ ਕੋਈ ਸੀ ਵਿਸਾਖਾ ਸਿਓ ਉਥੋਂ ਦਾ ਗੁਰਦੁਆਰੇ ਦਾ ਸੀਗਾ ਉਹਦੇ ਕੋ ਰਤਨ ਸਿੰਘ ਆਉਂਦਾ ਹੁੰਦਾ ਸੀਗਾ ਅਸਲਾ ਦੇਣ ਮੁਸਲਮਾਨਾਂ ਨੂੰ ਮਾਰਨ ਵਾਸਤੇ ਤੇ ਉਹ ਮੁਸਲਮਾਨਾਂ ਨੂੰ ਮਰਵਾ ਕੇ ਪੂਰਾ ਰਾਜੀ ਸੀਗਾ ਤੇ ਜਿਹੜਾ ਰਤਨ ਸਿੰਘ ਸੀ ਨਾ ਉਹਦੇ ਲੋ ਘੜਦਾ ਸੀ ਕੋਲੇ ਉਹਦੀ ਮਾਂ ਨੇ ਕਿਹਾ ਪੁੱਤ ਮੇਰੇ ਪਿੰਡ ਦਾ ਮੁਸਲਮਾਨ ਕੋਈ ਮਰਨਾ ਨਹੀਂ ਚਾਹੀਦਾ ਉਹਨਾਂ ਨੇ ਪਿੰਡ ਦਾ ਇੱਕ ਵੀ ਨਹੀਂ ਉਹਨੇ ਮਾਰਨ ਦਿੱਤਾ ਤੇ ਸਾਰੇ ਸਾਡੇ ਪਿੰਡ ਦੇ ਮਰਵਾਏ ਜਿੰਨੇ ਮਰਵਾਏ ਉਹਨੇ ਵਸਾਕਾ ਸਿੰਘ ਜਿੱਦਾਂ ਤੁਸੀਂ ਨਾਮ ਲਿਆ ਹਾਂ ਜੀ ਇਹਨਾਂ ਨੇ ਇਹ ਇਸ ਬੰਦੇ ਨੇ ਮੁਸਲਮਾਨਾਂ ਦੇ ਨਾਲ ਕੀ ਕੀ ਕੀਤਾ ਜ਼ਰਾ ਇਹ ਵੀ ਦੱਸੋ ਇਹਨੇ ਮੁਸਲਮਾਨਾਂ ਨਾਲ ਬਹੁਤ ਕੁਝ ਕੀਤਾ ਇਹਨੇ ਛਾਕ ਕੋਈ ਨਹੀਂ ਛੱਡੀ ਮਰਵਾਉਣ ਵਾਲੀ ਮੁਸਲਮਾਨਾਂ ਨੂੰ ਬਾਅਦ ਦੇ ਵਿੱਚ ਫਿਰ ਮੁਸਲਮਾਨਾਂ ਥੋੜੇ ਜਿਹਾ ਨੂੰ ਇਹ ਨੇ ਕਿਹਾ ਵੀ ਅਸੀਂ ਬਾਹਰ ਅਸੀਂ ਚਲੇ ਜਾਣਾ ਪਾਕਿਸਤਾਨ ਸਾਨੂੰ ਛੱਡਿਓ ਵਸਾਕਾ ਸੇ ਉਹਨਾਂ ਦੋ ਬੰਦੇ ਦਿੱਤੇ ਵੀ ਇਹਨਾਂ ਨੂੰ ਰਾਹ 'ਚ ਹੀ ਮਾਰਿਆ ਹੋਇਆ ਉਹ ਵੇ ਜਦੋਂ ਮਾਰਨ ਗਏ ਨਾ ਰਾਹ ਦੇ ਵਿੱਚ ਲੈ ਕੇ ਗਏ ਜਲੰਧਰ ਦੇ ਜ਼ਿਲ੍ਹੇ ਅਨੁ ਨਕੋਦਰ ਦੇ ਕੰਪ ਨੂੰ ਉਹ ਰਾਹ ਦੇ ਵਿੱਚ ਨਾ ਉਹਨਾਂ ਨੂੰ ਮਾਰਨਾ ਪਿਆ ਉਹਨਾਂ ਪੈਸੇ ਵੀ ਤਖੜਿਆ ਨੇ ਅੱਗੇ ਸਿੱਟੇ ਵੀ ਆ ਚੋਕਲਾ ਲੈ ਲੈ ਸਾਨੂੰ ਮਾਰੋ ਨਾ ਪੈਸੇ ਖਾਤਰੀ ਮਾਰਦੇ ਵੀ ਆ ਚੋਕੋ ਲੈ ਲਓ ਉਹਨਾਂ ਨੇ ਉਹ ਛੱਡੇ ਨਹੀਂ ਚੰਗੇ ਚੰਗੇ ਸਾਰੇ ਮਾਰਤੇ ਮਾਰੇ ਵਿੱਚੋਂ ਦਸ ਵੀ ਛੱਡ ਦਿੱਤੇ ਉਹ ਚਲੇ ਗਿਆ ਉਹਦੀ ਮਾਂ ਨੇ ਨਹੀਂ ਮਾਰ ਦਿੱਤਾ ਉਹਦੀ ਮਾਂ ਨਾਰਾਜ਼ ਹੈ ਜੇ ਮੁਸਲਮਾਨ ਕੋਈ ਮਰਵਾ ਦਵੇ ਇਹ ਜਿਹੜਾ ਰਤਨ ਸਿੰਘ ਸੀਗਾ ਇਹ ਕਿਹੜੇ ਪਿੰਡ ਦਾ ਸੀ ਇਹ ਲੋਗੜ ਦਾ ਸੀ ਲੋਗੜ ਕੋਲੇ ਹੀ ਸੀਗਾ ਮੈਂ ਲੋਗਕਵਾ ਤੇ ਲੋਗੜ ਅੱਛਾ ਇਹ ਜਿਹੜਾ ਕਿਸ਼ਨਪੁਰਾ ਸੀ ਇਹਦੇ ਜਿਹੜੇ ਆਸੇ ਪਾਸੇ ਚਾਰ ਚਫੇਰੇ ਪਿੰਡ ਸੀਗੇ ਜਰਾ ਉਹ ਤਾਂ ਦੱਸੋ ਇਹਦੇ ਪਾਸ ਆਸੇ ਪਾਸੇ ਤਿਹੜਾ ਦਾਨੂ ਵਾਲਾ ਹਿੱਦੇ ਵਾਲਾ ਪਰ ਟਪ ਜਾਈਦਾ ਹੈਗਾ ਤਿੰਨ ਜਿਹੇ ਲੱਗਦੇ ਹੀ ਕਿਸ਼ਨਪੁਰੇ ਨੂੰ ਲੁਧੇਾਨਾ ਦਾ ਵੀ ਲੱਗਦਾ ਹੈ ਪਰਲਾ ਢਟਾਏ ਅਲੀ ਦੇ ਇਧਰ ਲੱਗਦਾ ਹੈ ਜਲੰਧਰ ਦਾ ਤੇ ਸਾਡਾ ਸੀਗਾ ਫਿਰੋਜ਼ਪੁਰ ਦੇ ਵਿੱਚ ਤਿੰਨ ਜਿਹੇ ਨਹੀਂ ਲੱਗਦੇ ਹੀ ਗੇ ਦਾਨੇਵਾਲ ਲੱਗਦਾ ਹੈ ਨਾਲ ਹੀ ਜਲੰਧਰ ਚ ਖਰਾਦਿਆਂ ਦਾ ਸੀਗਾ ਖੁਸ਼ੀਆਂ ਖੁਸ਼ੀਆਂ ਉਹ ਸਿੱਖ ਬਣ ਗਿਆ ਨੀਕਰ ਪਾਦੀ ਸਭ ਕੋ ਕੱਲਿਆ ਉਹਨੂੰ ਫੇ ਉਹਨਾਂ ਨੇ ਮਾਰਤਾ ਨਹੀਂ ਛੱਡਿਆ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਹੋਏ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਏ। ਰਹੇ ਰਹੀਮ ਦੋਸਤੋ ਚੈਨਲ ਸਾਡਾ ਦੇਸ਼ ਪੰਜਾਬ ਅੱਜ ਅਸੀਂ ਮੌਜੂਦ ਹਾਂ ਜੀ ਜ਼ਿਲ੍ਹਾ ਸਾਈਵਾਲ ਸਾਬਕਾ ਮਿੰਡਗੁਮਰੀ ਤੇ ਤਹਿਸੀਲ ਚੀਚਾਵਦ ਚਾਕ ਨੰਬਰ 39 14 ਉੱਥੇ ਅਸੀਂ ਅੱਜ ਮਿਲਣਾ ਹੈ ਬਾਬਾ ਜੀ ਮੁਹੰਮਦ ਸਦੀਕ ਸਾਹਿਬ ਨੂੰ ਬਾਬਾ ਜੀ ਮਮਦ صدیق ਸਾਹਿਬ ਦੀ ਉਮਰ ਤਕਰੀਬਨ ਕੋਈ 90 92 ਸਾਲ ਹੈ ਜੀ ਇਹਨਾਂ ਦਾ ਚੜ੍ਹਦੇ ਪੰਜਾਬ ਦੇ ਅੰਦਰ ਫਿਰੋਜ਼ਪੁਰ ਤਹਿਸੀਲ ਜੀਰਾ ਹੁਣ ਦੱਸਦੇ ਨੇ ਕਿ ਜੀ ਇਹਨਾਂ ਦਾ ਜ਼ਿਲ੍ਹਾ ਮੋਗਾ ਬਣ ਚੁੱਕਿਆ ਜੀ ਤੇ ਬਾਕੀ ਸਾਰੀਆਂ ਗੱਲਾਂ ਬਾਬਾ ਜੀ ਦੇ ਕੋਲੋਂ ਪੁੱਛਾਂਗੇ ਇਹ ਕਿੱਥੇ ਪੈਦਾ ਹੋਏ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਗੁਜ਼ਰੀ ਪਾਕਿਸਤਾਨ ਕਿਸਰਾਂ ਪਹੁੰਚੇ ਪਾਰਟੀਸ਼ਨ ਦੇ ਵਿੱਚ ਇਹਨਾਂ ਨਾਲ ਕੀ ਕੀ ਗੁਜ਼ਰੀ ਸਾਰੀਆਂ ਗੱਲਾਂ ਬਾਬਾ ਜੀ ਦੀ ਜ਼ੁਬਾਨੀ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਜੀ ਬਾਬਾ ਜੀ ਕੀ ਨਾਮ ਤੁਹਾਡਾ ਮੁਹੰਮਦ ਸਰੀਕ ਹਾਜੀ ਮੁਹੰਮਦ ਸਰੀਕ ਹਾਜੀ ਮੁਹੰਮਦ ਸਰੀਕ ਬਾਬਾ ਜੀ ਤੁਸੀਂ ਕਿੱਥੇ ਪੈਦਾ ਹੋਏ ਸੀ ਅਸੀਂ ਕਿਸ਼ਨਪੁਰਾ ਹੀ ਪੈਦਾ ਹੋਏ ਆ ਇਹ ਕਿਸ਼ਨਪੁਰਾ ਕਿੱਥੇ ਹੈ ਜੀ ਕਿਸ਼ਨਪੁਰਾ ਹੈਗਾ ਸੀਗਾ ਆਪਣਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਲੱਗਦਾ ਸੀਗਾ ਤੇ ਤਹਿਸੀਲ ਜੀਰਾ ਸੀਗਾ ਹੁਣ ਜ਼ਿਲ੍ਹਾ ਮੋਗਾ ਬਣ ਗਿਆ ਤੇ ਤਹਿਸੀਲ ਮੇਰਾ ਖਿਆਲ ਸ਼ਾਂਤ ਧਰਮਕੋਟ ਆ ਜਾਂ ਕਿਹੜੀ ਹੈ ਅੱਲਾ ਜਾਣਦਾ ਤਹਿਸੀਲ ਜੀਰਾ ਹੀ ਆ ਜੀ ਹਲੇ ਵੀ ਅੱਛਾ ਹੋ ਸਕਦਾ ਜੀਰਾ ਹੀ ਹੋਵੇ ਤੇ ਬਾਬਾ ਜੀ ਕਿਸਰੋਂ ਦਾ ਪਿੰਡ ਸੀ ਉਹ ਪਿੰਡ ਬੜਾ ਵੱਡਾ ਸੀਗਾ 10 12 ਨੰਬਰਦਾਰ ਸੀਗੇ ਤੇ ਅਦਾਲੇ ਕੋਠੀਆਂ ਬਹੁਤ ਵੱਡਾ ਖਾਨਗਾਹ ਕੀ ਗੁਰਦੁਆਰੇ ਕੀ ਮਸਜਿਦਾਂ ਕੀ ਬਹੁਤ ਵੱਡਾ ਪਿੰਡ ਸੀਗਾ ਤੇ ਮੁਸਲਮਾਨ ਸੀ ਅਧਿਕ ਹਿੰਦੂ ਸਿੱਖ ਸੀਗੇ ਟੋਟਲ ਇਸ ਪਿੰਡ ਦੀਆਂ ਕਿੰਨੀਆਂ ਪਤੀਆਂ ਸੀ ਪਤੀਆਂ ਤਾਂ ਮੈਨੂੰ ਤਿੰਨਾਂ ਚੌਂ ਦਾ ਪਤੀਆਂ ਦਾ ਪਤਾ ਤੇ ਬਾਲਾ ਨੇ ਨੰਦੇਗਾ ਗਵਾੜ ਬਕਾਪੁਰ ਗਵਾੜ ਫਤੇ ਆ ਆਪਣਾ ਬਕਾਪੁਰ ਗੁਆਰਡ ਇਦਾਂ ਦੇ ਗੁਆਰਡ ਸੀਗੇ ਨਾ ਵਜਦੇ ਪਤਕੀਆਂ ਦੇ ਉਦੋਂ ਪਿੰਡ ਦੇ ਹਾਲਾਤ ਪਾਰਟੀਸ਼ਨ ਤੋਂ ਪਹਿਲੇ ਕਿਦਾਂ ਦੇ ਸੀ ਬਹੁਤ ਅਮਨ ਸੀ ਕੋਈ ਸੁੱਤੀ ਕਾਨ ਨਹੀਂ ਘੇੜਦੀ ਸੀ ਇਸ ਕੋਈ ਜ਼ਰਤ ਨਹੀਂ ਕਿਸੇ ਨੂੰ ਕੋਈ ਲੜ ਪਵੇ ਜਾਂ ਕੋਈ ਕੋਈ ਨੂੰ ਮਾਰ ਦਵੇ ਜੇ ਕਤਲ ਹੋ ਗਿਆ ਤਾਂ ਉਹਦਾ ਕਤਲ ਹੀ ਹੋ ਜਾਂਦਾ ਇਹ ਸਜ਼ਾਏ ਮੌਤ ਲੱਗ ਜਾਂਦਾ ਸੀ ਤੇ ਸਿੱਖਾਂ ਦੇ ਤੇ ਮੁਸਲਮਾਨਾਂ ਦੇ ਆਪਸ ਜਿਹੜੇ ਤਲਕਾਤ ਸੀ ਉਹ ਕਿਹੋ ਜਿਹੇ ਸੀ ਬਹੁਤ ਅੱਛੇ ਸੀ ਬੜੇ ਥੋੜੇ ਅੱਛੇ ਨਹੀਂ ਬਹੁਤ ਅੱਛੇ ਸੀਗੇ ਬੜੇ ਨੰਬਰਦਾਰ ਕਿੰਨੇ ਸੀ ਉਸ ਪਿੰਡ ਦੇ ਨੰਬਰਦਾਰ 12 ਜਾਂ 14 ਮੈਨੂੰ ਇਹਨਾਂ ਬાળા ਨਹੀਂ ਨਾਵਾਂ ਦਾ ਪਤਾ ਅਛਰੂ ਕੇ ਨੰਬਰਦਾਰ ਮਸ਼ਹੂਰ ਸੀਗੇ ਜਿਆਦਾ ਇੱਕ ਇੱਕ ਅੱਦੇ ਦਾ ਹੀ ਪਤਾ ਬાળા ਨਹੀਂ ਨੰਬਰਦਾਰਾਂ ਦਾ ਪਤਾ ਇਹ ਸਾਰੇ ਮੁਸਲਮਾਨ ਸੀ ਜਾਂ ਸਿੱਖ ਸੀ ਜਾਂ ਦੋਵਾਂ ਬਰਾਦਰੀਆਂ ਦੇ ਵਿੱਚੋਂ ਸੀ ਬાળા ਸਿੱਖਾਂ ਦਾ ਮੈਨੂੰ ਪਤਾ ਤੇ ਮੁਸਲਮਾਨਾਂ ਦਾ ਮੈਨੂੰ ਕੋਈ ਜਿਆਦਾ ਪਤਾ ਨਹੀਂਗਾ ਸਿੱਖਾਂ ਦੇ ਵਿੱਚ ਜਿਹੜੇ ਨੰਬਰਦਾਰ ਸੀ ਕਿਸੇ ਦਾ ਨਾਮ ਯਾਦ ਉਹ ਅਛਰੂ ਕੇ ਵਾਜਦੇ ਅਛਰੂ ਕੇ ਨੰਬਰਦਾਰ ਸਿੱਖਾਂ ਜੋ ਉਹ ਕਿਹੜੀ ਪਤੀ ਦੇ ਸੀ ਕਿਹੜੇ ਗਵਾਰਦ ਦੇ ਸੀ ਉਹ ਨੰਦੇ ਕੇ ਗਵਾਰਦ ਦੇ ਹੀ ਉਹ ਹੁਣ ਆ ਇਸ ਵੇਲੇ ਕੈਨੇਡਾ ਚ ਮੇਰਾ ਖਿਆਲ ਬੈਠੇ ਆ ਕੈਨੇਡਾ ਚ ਉਹਨਾਂ ਦਾ ਬੈਠਾ ਪੋਤਾ ਅੱਛਾ ਤੇ ਬਜ਼ੁਰਗੋ ਫਿਰ ਉਥੇ ਤੁਹਾਡਾ ਬਚਪਨ ਕਿਹੋ ਜਿਹਾ ਗੁਜ਼ਰਿਆ ਬਹੁਤ ਅੱਛਾ ਬਹੁਤ ਵਧੀਆ ਸੀਗੇ ਬਹੁਤ ਹੀ ਸੋਹਣਾ ਤੇ ਜਿਹੜੇ ਤੁਹਾਡੇ ਯਾਰ ਬੇਲੀ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਹੁੰਦੇ ਸੀ ਉਹਨਾਂ ਦੇ ਜਰਾ ਨਾਂ ਤਾਂ ਦੱਸੋ ਉਹਨਾਂ ਦੇ ਨਾਂ ਤਾਂ ਬਲੇਰੇ ਸੀ ਉਥੋਂ ਦੇ ਸੀਗੇ ਇੱਕ ਖੁਸ਼ੀਏ ਖत्री ਦਾ ਮੁੰਡਾ ਸੀ ਰਾਜ ਉਹ ਦੇਖੋ ਅਸੀਂ ਰਾਤ ਨੂੰ ਜੇ ਉਹ ਨਾ ਕੋਈ ਹੋਣਾ ਕਹਣਾ ਮੇਰੇ ਕੋ ਪਿਆਜ ਅੱਜ ਭਈਆ ਹੈ ਨੀਗਾ ਇੱਥੇ ਤੇ ਉਹਦੇ ਕੋਲੇ ਅਸੀਂ ਪੈ ਰਣਾ ਤੇ ਰਾਤ ਨੂੰ ਦੁੱਧ ਆਨੇ ਪੰਜ ਪਈ ਸੇਰ ਹੁੰਦਾ ਹੈ ਕਹਣਾ ਚੋਕੇ ਪੀ ਲਓ ਤੁਸੀਂ ਤੇ ਅੰਦਰੋਂ ਠੂਠੀ ਖੋਪੇ ਦੀ ਲਿਆਓ ਉਹਦੇ ਚ ਪਾ ਕੇ ਪੀ ਲਓ ਅਸੀਂ ਪੀ ਕਿ ਮੇਰਾ ਭਾਈ ਹੁੰਦਾ ਜੀ ਛੋਟਾ ਸੀ ਮੇਰੇ ਤੋਂ ਅਸੀਂ ਦੋਵੇਂ ਪੈਂਦੇ ਸੀ ਤੇ ਅਸੀਂ ਉਹਨਾਂ ਨੂੰ ਪੀਲਾ ਨਾ ਦੁੱਧ ਉਹਨਾਂ ਦਾ ਸਾਡੇ ਮਾਲ ਦੇ ਜਿਹੜਾ ਸੀ ਉਹ ਪੈਸੇ ਦੇ ਵਿਆਹੀ ਸੀਗੇ ਤੇ ਉਹਨਾਂ ਨੂੰ ਦੇ ਦੂ ਦੇਣੇ ਜਿੰਨੇ ਕਹਨੇ ਇਦਾਂ ਕਰਦੇ ਹੁੰਦੇ ਇਸ ਤੋਂ ਇਲਾਵਾ ਜਿਹੜੇ ਹੋਰ ਤੁਹਾਡੇ ਯਾਰ ਬੇਲੀ ਸੀਗੇ ਸਿੱਖ ਖਤਰਿਆਂ ਤੋਂ ਇਲਾਵਾ ਕੋਈ ਸਿੱਖਾਂ ਦੇ ਮੁੰਡੇ ਉਹਨਾਂ ਦੇ ਵੀ ਨਾਂ ਲਵੋ ਖਤਰਿਆਂ ਦੇ ਜੇਲਦਾਰਾਂ ਦਾ ਦੋ ਮੁੰਡੇ ਸੀਗੇ ਇੱਕ ਨਾਂ ਸ਼ਾਹ ਜੀ ਕੇ ਕੀ ਮਨ ਭੁੱਲਾ ਉਹਨਾਂ ਦਾ ਨਾਂ ਭੁੱਲਾ ਉਹ ਸਾਡੇ ਨਾਲ ਬਾਹਰ ਵੀ ਜਾਂਦੇ ਰਹੇ ਅਸੀਂ ਜਾਂਦੇ ਨੇ ਸਭ ਬਾਹਰ ਜਾਂਦੇ ਹੁੰਦੇ ਸਾਡੇ ਨਾਲ ਉਹ ਜਿਹੜੇ ਜੇਲਦਾਰ ਸੀਗੇ ਉਹਨਾਂ ਦਾ ਨਾਮ ਕੀ ਸੀ ਜਿਹੜੇ ਮੁੰਡਿਆਂ ਦੇ ਪਿਓ ਸੀਗੇ ਉਹ ਹਰਬੰਸ ਸਿੰਘ ਉਹਦਾ ਨਾਂ ਹਰਬੰਸ ਸਿੰਘ ਜੇਲਦਾਰ ਸੀਗਾ ਕੋਲੇ ਗੱਪੀਆਂ ਦਾ ਘਰ ਸੀ ਸੋਚੇ ਗੱਪੀ ਕੇ ਵਜਦੇ ਸੀਗੇ ਉਹਨਾਂ ਦਾ ਇੱਕ ਬੰਦਾ ਇੰਨਾ ਖਾਸ ਸੀ ਜੇ ਰੂੜੀ ਉਤੋਂ ਦੀ ਨਗਾਦੀਏ ਨਾ ਉਹਨੂੰ ਰੂੜੀਆਂ ਵਿਕਦੀਆਂ ਸੀ ਉਹ ਦੱਸ ਦਿੰਦਾ ਵੀ ਇੰਨੇ ਦੀ ਰੂੜੀ ਆ ਤੇ ਦਰਾਖਤ ਨੂੰ ਜੱਫਾ ਪਵਾ ਦਈਏ ਨਾ ਤੇ ਉਹ ਦੱਸ ਦਿੰਦਾ ਵੀ ਇੰਨੇ ਦਾ ਦਰਾਖਤ ਆ ਇਹ ਉਹਨੂੰ ਪੁੱਛਦੇ ਹੀ ਲਿਆ ਕੇ ਲੋਕ ਅੱਛਾ ਵੀ ਇਹ ਬਾਬਾ ਇਧਰਖੇ ਦਾ ਮੁੱਲ ਲਾ ਦੇ ਇਧਰਖੇ ਦੀ ਆ ਰੂੜੀ ਦਾ ਵੀ ਮੁੱਲ ਹਾਂ ਉਹ ਲਾ ਦਿੰਦਾ ਇਹ ਉਹਦਾ ਬਹੁਤ ਕਾਰੀਗਰ ਬਹੁਤ ਅਕਲਮੰਦ ਸੀ ਬੰਦਾ ਚੱਕੀ ਵੀ ਉਹਨਾਂ ਨੇ ਲਾਈ ਸੀਗੀ ਤੇ ਬਸ ਦਾ ਇੰਜਣ ਮੂਦਾ ਮਾਰ ਕੇ ਨਾ ਸ਼ਾਫਟਾਂ ਦੇ ਚੱਕੀ ਲਾਈ ਪੱਠੇ ਕੋਦ ਨੇ ਦਾਣੇ ਪੀਣੇ ਪਟਾ ਕੋਈ ਨਹੀਂ ਚੜਾਉਂਦੇ ਉਹ ਜਮਾਨੇ ਚ ਉਹ ਬਹੁਤ ਅੱਛੇ ਬੰਦੇ ਸੀਗੇ ਉਜਾਲਦਾਰ ਦੇ ਘਰ ਦੇ ਨਾਲ ਹੀ ਸੀ ਰਹਿੰਦੇ ਬਚਪਨ ਤੇ ਵਿੱਚ ਤੁਸੀਂ ਕਿਹੜੀਆਂ-ਕਿਹੜੀਆਂ ਖੇਡਾਂ ਉਥੇ ਚੜ੍ਹਦੇ ਪੰਜਾਬ ਜਿ ਖੇਡਦੇ ਹੁੰਦੇ ਸੀ ਖੇਡਾ ਇੱਕ ਐਵੇਂ ਆ ਖੇਡਣਾ ਖੁਦੋਂ ਭਜਾ ਲੈਣੀ ਮੁੰਡਿਆਂ ਨੇ ਲੈ ਲੈਣੀਆਂ ਕੁਸੂਟੀਆਂ ਅੱਗੋਂ ਖੋਣੀ ਭਜਾਈ ਜਾਣੀ ਭਜਾਈ ਜਾਣੀ ਤਾਂ ਅੱਗੇ ਪਿਛੇ ਇਦਾਂ ਭਜਾਉਂਦੇ ਬਾਲਾ ਇਹ ਖੇਲ ਖੇਲਦੇ ਜਾਂ ਕੌਡੀ ਵੀ ਵਿੱਚ ਖੇਲ ਲੈਂਦੇ ਸੀ ਮੇਲੇ ਮੂਲੇ ਵੀ ਹੁੰਦੇ ਸੀ ਉੱਥੇ ਵੀ ਬਲੇਰਾ ਕੁਝ ਘੋਲਕਾਲ ਹੁੰਦੇ ਸੀਗੇ ਹੋ ਜਾਂਦੇ ਸੀ ਤੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਮਸਜਿਦਾਂ ਦੋ ਹੀ ਸੀਗੀਆਂ ਇੱਕ ਛੋਟੀ ਸੀ ਇੱਕ ਵੱਡੀ ਸੀ ਉਹ ਪਿੰਡ ਦੇ ਕਿਹੜੇ ਪਾਸੇ ਸੀ ਉਹ ਪਿੰਡ ਦੇ ਸੀ ਇੱਕਦਮ ਉੱਥੇ ਕਹਿੰਦੇ ਸਾਰੇ ਮਹਾਜਰੀ ਆ ਕੇ ਬਹਿ ਗਏ ਔਰ ਆਈਆਂ ਦੇ ਘਰ ਸੀ ਉੱਥੇ ਸਾਰੇ ਉਹ ਉੱਥੇ ਦਾ ਉਹ ਬਹਿ ਗਏ ਤੇ ਇੱਕ ਸੀਗੀ ਇੱਕ ਵੱਡੀ ਖਜੂਰ ਵਾਲੀ ਮਸਜਿਦ ਵਜਦੀ ਹੁਣ ਉਹ ਬੋੜ ਵਾਲੀ ਕਹਿੰਦੇ ਆ ਖਜੂਰ ਟੁੱਟ ਰੱਟ ਗਈ ਪੰਜਾ ਕੋਹਾਂ ਤੋਂ ਦੀਦੀ ਜਾਂਦੀ ਖਜੂਰ ਉਹ ਇਹ ਮਸਜਿਦਾਂ ਜਿਹੜੀਆਂ ਪਿੰਡ ਦੇ ਚੜ੍ਹਦੇ ਪਾਸੇ ਲੈੰਦੇ ਪਾਸੇ ਐਦਾਂ ਜਰਾ ਲੋਕੇਸ਼ਨ ਕਰਕੇ ਦੱਸੋ ਐਦਾਂ ਨਹੀਂ ਸੀ ਉਹ ਚੌਂਕ ਦੇ ਵਿਚਾਲੇ ਜੇ ਪਿੰਡ ਦੇ ਸੀ ਇੱਕ ਮਸਜਿਦ ਵੱਡੀ ਜਿਹੜੀ ਤੇ ਦੂਜੀ ਉਹਦੇ ਉਹਲੇ ਪਾਸੇ ਸੀ ਹਟਮੀ ਸੀ ਐਦਾਂ ਨਹੀਂ ਸੀ ਵੀ ਇਧਰਲੇ ਪਾਸੇ ਉਧਰ ਹਿਸਾਬ ਨਹੀਂ ਉਹਦਾ ਕੋਈ ਵੀ ਤੇ ਗੁਰਦੁਆਰੇ ਕਿੰਨੇ ਸੀ ਗੁਰਦੁਆਰਾ ਕੋਈ ਸੀ ਵਸਾਖਾ ਸੇ ਉੱਥੋਂ ਦਾ ਗੁਰਦੁਆਰੇ ਦਾ ਸੀਗਾ ਉਹਦੇ ਕੋ ਰਤਨ ਸਿੰਘ ਆਉਂਦਾ ਹੁੰਦਾ ਸੀਗਾ ਅਸਲਾ ਦੇਣ ਮੁਸਲਮਾਨਾਂ ਨੂੰ ਮਾਰਨ ਵਾਸਤੇ ਤੇ ਉਹ ਮੁਸਲਮਾਨਾਂ ਨੂੰ ਮਰਵਾ ਕੇ ਪੂਰਾ ਰਾਜੀ ਸੀਗਾ ਤੇ ਜਿਹੜਾ ਰਤਨ ਸਿੰਘ ਸੀ ਨਾ ਉਹਦੇ ਲੋਹ ਘੜਦਾ ਸੀ ਕੋਲੇ ਉਹਦੀ ਮਾਂ ਨੇ ਕਿਹਾ ਪੁੱਤ ਮੇਰੇ ਪਿੰਡ ਦਾ ਮੁਸਲਮਾਨ ਕੋਈ ਮਰਨਾ ਨਹੀਂ ਚਾਹੀਦਾ ਉਹਨਾਂ ਨੇ ਪਿੰਡ ਦਾ ਇੱਕ ਵੀ ਨਹੀਂ ਉਹਨੇ ਮਾਰਨ ਦਿੱਤਾ ਤੇ ਸਾਰੇ ਸਾਡੇ ਪਿੰਡ ਦੇ ਮਰਵਾਏ ਜਿੰਨੇ ਮਰਵਾਏ ਉਹਨੇ ਉਹਦੀ ਮਾਂ ਨੇ ਨਹੀਂ ਮਾਰ ਦਿੱਤਾ ਉਹਦੀ ਮਾਂ ਨਾਰਾਜ਼ ਹੈ ਜੇ ਮੁਸਲਮਾਨ ਕੋਈ ਮਰਵਾ ਦਵੇ ਤਾਂ ਇਹ ਜਿਹੜਾ ਰਤਨ ਸਿੰਘ ਸੀਗਾ ਇਹ ਕਿਹੜੇ ਪਿੰਡ ਦਾ ਸੀ ਇਹ ਲੋਗੜ ਦਾ ਸੀ ਲੋਗੜ ਕੋਲੇ ਹੀ ਸੀਗਾ ਮੈਂ ਦੋ ਘਕੂਆਂ ਤੇ ਲੋਗੜ ਅੱਛਾ ਇਹ ਜਿਹੜਾ ਕਿਸ਼ਨਪੁਰਾ ਸੀ ਇਹਦੇ ਜਿਹੜੇ ਆਸੇ ਪਾਸੇ ਚਾਰ ਚਫੇਰੇ ਪਿੰਡ ਸੀਗੇ જરા ਉਹ ਤਾਂ ਦੱਸੋ ਇਹਦੇ ਪਾਸ ਆਸੇ ਪਾਸੇ ਤਿਹੜਾ ਦਾਨੂ ਵਾਲਾ ਹਿੱਦੇ ਵਾਲਾ ਪਾਰ ਟੱਪ ਜਾਈਦਾ ਹੀਗਾ ਤਿੰਨ ਜਿਹੜੇ ਲੱਗਦੇ ਸੀ ਕਿਸ਼ਨਪੁਰੇ ਨੂੰ ਲੁਦੇਹਾਣੇ ਦਾ ਵੀ ਲੱਗਦਾ ਸੀ ਪਰਲਾ ਢਟਾਏ ਅਲੀ ਦੇ ਇਧਰ ਲੱਗਦਾ ਜਲੰਧਰ ਦਾ ਤੇ ਸਾਡਾ ਸੀਗਾ ਫਿਰੋਜ਼ਪੁਰ ਦੇ ਵਿੱਚ ਤਿੰਨ ਜਿ ਨਹੀਂ ਲੱਗਦੇ ਸੀਗੇ ਦਾਨੇਵਾਲ ਲੱਗਦਾ ਹੈ ਨਾਲ ਹੀ ਜਲੰਧਰ ਚ ਉਥੇ ਕੋਈ ਮੰਦਰ ਵਗੈਰਾ ਵੀ ਹੈ ਸੀ ਪਿੰਡ ਦੇ ਵਿੱਚ ਮੰਦਰ ਹਿੰਦੂਆਂ ਦਾ ਨਹੀਂ ਨਹੀਂ ਮੰਦਰ ਹਿੰਦੂਆਂ ਦਾ ਕੋਈ ਨਹੀਂ ਸੀਗਾ ਤੇ ਬਰਾਦਰੀਆਂ ਹੋਰ ਕਿਹੜੀਆਂ ਕਿਹੜੀਆਂ ਰਹਿੰਦੀਆਂ ਸੀ ਉਥੇ ਬਿਆਦਰੀ ਹਿੰਦੂਆਂ ਦੀਆਂ ਵੀ ਰਹਿੰਦੀਆਂ ਸੀਗੀਆਂ ਤੇ ਸਿੱਖ ਵੀ ਰਹਿੰਦੇ ਸੀ ਮੁਸਲਮਾਨ ਵੀ ਰਹਿੰਦੇ ਸੀਗੇ ਮੁਸਲਮਾਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਸੀ ਮੁਸਲਮਾਨਾਂ ਦੇ ਰਾਈ ਵੀ ਸੀ ਜਲਾਏ ਸੀਗੇ ਰਾਹੀਂ ਜਲਾਏ ਮੋਚੀ ਸਾਰੀਆਂ ਕੌਮਾਂ ਬੈਠੀਆਂ ਸੀ ਜਿੰਨੀਆਂ ਸੀਗੀਆਂ ਵਾਕੀ ਵਕ ਚਾਰਦੇ ਸੀਗੇ ਸੀਗੇ ਤਾਂ ਰਾਈ ਤੇ ਉਹਨਾਂ ਨੂੰ ਕਬੂ ਕਹਿੰਦੇ ਸੀ ਮੈਂ ਸੁਣਿਆ ਕਬੂਆਂ ਚੋਂ ਸੀ ਤੇ ਉਹ ਤਾਂ ਵਾਕੀ ਕਹਿੰਦੇ ਸੀ ਇਹਦੂ ਇਹਦੂ ਵਾਕੀ ਤੇ ਬੂਟੀ ਵਾਕੀ ਦੋ ਭਰਾਏ ਸੀਗੇ ਤੇ ਆਪਣਾ ਮੁਸਲਮਾਨਾਂ ਦੇ ਤੇ ਸਿੱਖਾਂ ਦੇ ਆਪਸ ਵਿੱਚ ਤਲਕਾਤ ਕਿਹੋ ਜਿਹਾ ਸੀਗੇ ਬਹੁਤ ਚੰਗੇ ਸੀ ਕੋਈ ਸੁੱਤੀ ਕੰਨ ਨਹੀਂ ਘੇੜਦੀ ਕੋਈ ਕਿਸੇ ਨੂੰ ਨਹੀਂ ਕੁਝ ਕਹਿੰਦਾ ਸੀਗਾ ਤੇ ਇਹ ਜਿਹੜਾ ਪਿੰਡ ਦਾ ਸਿਰ ਕਾਟਵਾ ਚੌਧਰੀ ਟੇ ਬੰਦਾ ਸੀ ਉਸ ਜ਼ਮਾਨੇ ਚ ਉਹ ਕਿਹੜਾ ਸੀ ਕੋਈ ਸਿਰ ਕਾਟਵਾ ਐਡਾ ਕੋਈ ਨਹੀਂ ਸੀਗਾ ਉਹ ਜੈਲਦਾਰ ਨੂੰ ਹੀ ਮੰਨਦੇ ਸੀ ਬાળા ਲੋਕ ਤੇ ਐਡਾ ਸਿਰ ਕਾਟਵਾ ਕੋਈ ਉਥੇ ਪਿੰਡ ਦਾ ਨਹੀਂ ਸੀਗਾ ਤੇ ਇਹ ਵਿਸਾਖਾ ਸਿੰਘ ਜਿਹਦਾ ਤੁਸੀਂ ਨਾਮ ਲਿਆ ਹਾਂਜੀ ਇਹਨਾਂ ਨੇ ਇਹ ਇਸ ਬੰਦੇ ਨੇ ਮੁਸਲਮਾਨਾਂ ਦੇ ਨਾਲ ਕੀ ਕੀ ਕੀਤਾ जरा ਇਹ ਵੀ ਦੱਸੋ ਇਹਨੇ ਮੁਸਲਮਾਨਾਂ ਨਾਲ ਬਹੁਤ ਕੁਝ ਕੀਤਾ ਇਹਨੇ ਛਾਕ ਕੋਈ ਨਹੀਂ ਛੱਡੀ ਮਰਵਾਉਣ ਵਾਲੀ ਮੁਸਲਮਾਨਾਂ ਨੂੰ ਬਾਅਦ ਦੇ ਵਿੱਚ ਫਿਰ ਮੁਸਲਮਾਨਾਂ ਥੋੜਿਆਂ ਜਿਹਿਆਂ ਨੂੰ ਇਹ ਨੇ ਕਿਹਾ ਵੀ ਅਸੀਂ ਬਾਹਰ ਅਸੀਂ ਚਲੇ ਜਾਣਾ ਪਾਕਿਸਤਾਨ ਸਾਨੂੰ ਛੱਡਿਓ ਵਿਸਾਖਾ ਸੇ ਉਹਨਾਂ ਦੋ ਬੰਦੇ ਦਿੱਤੇ ਵੀ ਇਹਨਾਂ ਨੂੰ ਰਾਤ ਹੀ ਮਾਰਿਆ ਹੋ ਉਹ ਫਿਰ ਜਦੋਂ ਮਾਰਨ ਗਏ ਇਹਨਾਂ ਰਾਤ ਦੇ ਵਿੱਚ ਲੈ ਕੇ ਗਏ ਜਲੰਧਰ ਦੇ ਜ਼ਿਲ੍ਹੇ ਅਨੁਮ ਨਕੋਦਰ ਦੇ ਕੰਪ ਨੂੰ ਉਹ ਰਾਹ ਦੇ ਵਿੱਚ ਨਾ ਉਹ ਉਹਨਾਂ ਨੂੰ ਮਾਰਨਾ ਪਿਆ ਉਹਨਾਂ ਪੈਸੇ ਵੀ ਤਖੜਿਆ ਨੇ ਅੱਗੇ ਸੇਟੇ ਵੀ ਆ ਚੋਕਲਾ ਲੈ ਲੈ ਸਾਨੂੰ ਮਾਰੋ ਨਾ ਪੈਸੇ ਖਾਤਰੀ ਮਾਰਦੇ ਵੀ ਆ ਚੋਕੋ ਲੈ ਲਓ ਉਹਨਾਂ ਨੇ ਉਹ ਛੱਡੇ ਨਹੀਂ ਚੰਗੇ ਚੰਗੇ ਸਾਰੇ ਮਾਰਤੇ ਮਾਰੇ ਵਿੱਚੋਂ 10-20 ਛੱਡ ਦਿੱਤੇ ਉਹ ਚਲੇ ਗਏ ਇਹ ਵੀ ਸੁਣਨ ਦੇ ਵਿੱਚ ਆਇਆ ਵੀ ਜਿਹੜਾ ਵਸਾਕਾ ਸਿੰਘ ਸੀਗਾ ਇਹ ਮੁਸਲਮਾਨਾਂ ਨੂੰ ਜ਼ਬਰਦਸਤੀ ਸਿੱਖ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਇਹ ਨੇ ਨਾ ਕੋਲ ਕੋਲ ਕੇ ਪਤਾਸ਼ੇ ਬਦੂਸ਼ੇ ਮਿੱਠਾ ਪਾਣੀ ਮੁਸਲਮਾਨਾਂ ਨੂੰ ਪਿਆ ਕੇ ਨਾ ਉਦਾਂ ਹੀ ਖਤਮ ਕਰਾਉਣ ਦੀ ਕੋਸ਼ਿਸ਼ ਬਾਲੀ ਕਰਦਾ ਸੀਗਾ ਵੀ ਇਹ ਬਚੇ ਹੀ ਕੋਈ ਨਾ ਸਿੱਖ 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 ਹੁੰਦਿਆਂ ਵੀ ਨਹੀਂ ਛੱਡੇ ਉਦੋਂ ਸਿੱਖਾਂ ਨੂੰ ਹੁੰਦਿਆਂ ਨੂੰ ਮਾਰਦੇ ਦੋ ਚਾਰ ਸਿੱਖ ਬਣ ਵੀ ਗਏ ਮੁਸਲਮਾਨ ਉਹਨਾਂ ਨੂੰ ਵੀ ਮਾਰਦਾ ਉਹ ਵੀ ਨਹੀਂ ਛੱਡੇ ਵੇ ਅੱਛਾ ਜਿਹੜੇ ਸਿੱਖ ਵੀ ਬਣ ਗਏ ਉਹਨਾਂ ਨੂੰ ਵੀ ਮਾਰਦੇ ਤਾਂ ਉਹਨਾਂ ਨੂੰ ਵੀ ਮਾਰਦਾ ਉਦੋਂ ਹੀ ਉਹਨਾਂ ਨੇ ਛੱਡੇ ਹੀ ਨਹੀਂ ਗਏ ਇੱਕ ਖਰਾਦਿਆਂ ਦਾ ਸੀਗਾ ਖੁਸ਼ੀਆ ਖੁਸ਼ੀਆ ਉਹ ਸਿੱਖ ਬਣ ਗਿਆ ਨਿੱਕਰ ਪਾਦੀ ਸਭ ਕੋ ਕੱਲਿਆ ਉਹਨੂੰ ਫੇਰ ਉਹਨਾਂ ਨੇ ਮਾਰਤਾ ਨਹੀਂ ਛੱਡਿਆ ਤੇ ਜਦੋਂ ਸੇਖੀ ਬਣ ਗਿਆ ਫਿਰ ਮਾਰਨ ਦਾ ਕੀ ਮਕਸਦ ਜੀ ਬਸ ਜੀ ਉਹ ਮੁਸਲਮਾਨ ਨੂੰ ਛੱਡਣਾ ਹੀ ਨਹੀਂ ਚਾਹੁੰਦੇ ਸੀ ਕੋਈ ਵੀ ਦੇ ਦੇ ਸੀ ਨਾ ਕੋਈ ਵੀ ਇਹ ਹਾਲਾਤ ਸੀ ਉਸ ਵਕਤ ਦੇ ਵਿੱਚ ਤੇ ਪਿੰਡ ਦੇ ਵਿੱਚ ਕੋਈ ਐਸਾ ਬੰਦਾ ਵੀ ਹੈ ਸੀ ਜਿਹਨੇ ਮੁਸਲਮਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜੀ ਉਹ ਰਾਮ ਸੀਗਾ ਪਰ ਰਾਮ ਸਰ ਉਹਦਾ ਪੱਠਾ ਵੀ ਹੁੰਦਾ ਸੀਗਾ ਬਹੁਤ ਅੱਛਾ ਬੰਦਾ ਸੀਗਾ ਸੀਗਾ ਕਾਂਗਰਸ ਦੇ ਵਿੱਚ ਇੱਕ ਸਾਡੇ ਗਵਾਂਢੀ ਸੀਗਾ ਉਹ ਸਾਧੂ ਸਿੰਘ ਸੀ ਕਰਮੇ ਦਾ ਵਜਦਾ ਸੀ ਘਰੋਂ ਦੇ ਬੰਤੀ ਸੀ ਮਾਈ ਉਹਦੀ ਹਰੋਸੀ ਉਹ ਉਹ ਵੀ ਸਾਨੂੰ ਉਤੋਂ ਦੀ ਆਇਆ ਵੀ ਤੁਸੀਂ ਨਿਕਲ ਜਾਓ ਤੁਹਾਨੂੰ ਮਾਰ ਦੇਣਾ ਅੱਜ 5000 ਸਿੱਖ ਗੁਰਦੁਆਰੇ ਇਕੱਠਾ ਹੋਇਆ ਤੇ ਦੋ ਕਾਫਲੇ ਪਿੰਡ ਦੇ ਮਾਰ ਦਿੱਤੇ ਇਕੱਠੇ ਕਰਕੇ ਫਿਰ ਨਹੀਂ ਇਕੱਠੇ ਕਰ ਲਏ ਲੈ ਜਾ ਕਨ ਵੀ ਚਲੋ ਤੁਹਾਨੂੰ ਗੱਡੀਆਂ ਆਈਆਂ ਖੜੀਆਂ ਚੜਾਇਆ ਇਹ ਪਾਕਿਸਤਾਨ ਨੂੰ ਉੱਥੇ ਜਾ ਕੇ ਇੱਕ ਕਾਫਲਾ ਵੜਿਆ ਗਿਆ ਉਹ ਗਏ ਫੇ ਵਿਚਾਰੇ ਮਿਲੋਗੇ ਮਿਲਟਰੀ ਨਹੀਂ ਮਿਲਦੀ ਨਹੀਂ ਦੋ ਕਾਫਲੇ ਵੱਡੇ ਗਏ ਮਿਲਟਰੀ ਨਹੀਂ ਮਿਲੀ ਜਦੋਂ ਤੀਆ ਮਾਰਨਾ ਲਾਨ ਕੀਤਾ ਸ਼ਾ ਉਹਨੂੰ ਫੇਕ ਗਏ ਹੋਰ ਵੀ ਬੰਦੇ ਵਿੱਚ ਗਏ ਤੇ ਉਹ ਜੀ ਮਿਲਟਰੀ ਲਾਫ تھے ਹੀ ਉਹਨਾਂ ਨੂੰ ਉਹ ਜਦੋਂ ਲੋਗ ਆੜ ਗੱਡੀਆਂ ਆੜਦੀਆਂ ਉਹਨਾਂ ਨੇ ਕਿਹਾ ਚਲੋ ਸਰਦਾਰ ਜੀ ਅਸੀਂ ਮਗਰ ਉਦਾਂ ਭੱਜ ਕੇ ਹੁੰਨੇ ਆ ਉਹ ਫੇ ਦਵਾ-ਦਵਾ ਅੱਗੇ ਤਿਆਰ ਖੜੇ ਕਤਲਗਰ ਉਹਨਾਂ ਕਹਿੰਦੇ ਸਿੱਖੋਂ ਨਿਕਲ ਪੱਜੋ ਪੱਜ ਉਦਾਂ ਤੇ ਆ ਗਈ ਮੁਸਲਮਾਨ ਮਿਲਟਰੀ ਉਹ ਭੱਜ ਗਏ ਜਿੰਨੇ ਸੀਗੇ ਸਿੱਖ ਉਹ ਨਹੀਂ ਰਹਿ ਗਏ ਤੇ ਉਹ ਆਵ ਨੇ ਇਕੱਠੇ ਕਰਕੇ ਆਪ ਦੇ ਘਰ ਲੈ ਆਂਦੇ ਜਿਹਦੇ ਕੇ ਪੈਸੇ ਦੱਬੇ ਉਹ ਵੀ ਕਢਾਏ ਰੋਟੀਆਂ ਪਕਾਈਆਂ ਛੋਲੇ ਬਣਾਏ ਸਭ ਨੂੰ ਉਹਨਾਂ ਨੇ ਕਿਹਾ ਜੋ ਕੋ ਹੈਗਾ ਦੱਸੋ ਤੁਹਾਡਾ ਕਢਾ ਦਿੰਨੇ ਜੋ ਕੋ ਸੀ ਉਹਨੇ ਵਿਚਾਰੇ ਨੇ ਬਹੁਤ ਹਿੰਮਤ ਮਾਰੀ ਉਹਨੇ ਬਚਾਏ ਦੋ ਤਿੰਨ ਸੌ ਬੰਦਾ ਜਿਹੜਾ ਉਹਦੇ ਚ ਸਾਡੇ ਬਜ਼ੁਰਗ ਵੀ ਵੱਡੇ ਕੋਈ ਸੀਗੇ ਇੱਕ ਦੋ ਉਹ ਵੀ ਬਚ ਕੇ ਮੇਰੀ ਸੱਸ ਵੀ ਉਹਦੇ ਚ ਬਚ ਕੇ ਆਈ ਹੈ ਤੁਹਾਡੇ ਖਾਨਦਾਨ ਦੇ ਲੋਕ ਵੀ ਉਥੇ ਇਸ ਵਢਾਂਗੇ ਦੇ ਵਿੱਚ ਕੁਝ ਮਾਰੇ ਗਏ हां बहुत मारे गए जी बहुत ਸਾਡੇ ਆਪਣੇ ਮਾਰੇ ਗਏ ਜਾਤੀ ਬਹੁਤ ਮਰੇ ਹੈਗੇ ਉਹੀ ਜਿਹੜੇ ਤੁਹਾਡੇ ਜਾਤੀ ਤੁਹਾਡੇ ਰਿਸ਼ਤੇਦਾਰ ਉਹਨਾਂ ਦੇ ਨਾਮ ਤਾਂ ਲਓ ਖਾਸ ਫਜਲਾ ਸੀਗਾ ਉਹ ਉਹ ਮਾਰੇ ਗਏ ਫਜਲੇ ਕੇ ਸੀਗੇ ਹੋਰ ਸਾਡੇ ਪਿੰਡ 'ਚ ਬਹੁਤ ਮੁਸਲਮਾਨ ਸੀ ਜਿਹੜੇ ਬਗੈਰ ਕਮਿਆਰਾਂ ਦੇ ਹੋਰ ਵੀ ਘਰ ਸੀ ਉਹ ਵੀ ਮਾਰੇ ਗਏ ਵਿੱਚ ਬਹੁਤ ਇਹਨਾਂ ਨੂੰ ਮਾਰਨ ਦਾ ਮਕਸਦ ਕੀ ਸੀ ਲੁੱਟਮਾਰ ਕਰਨੀ ਜਾਂ ਕੋਈ ਹੋਰ ਕੰਮ ਲੋਟ ਮਾਰਦਾ ਕੋਈ ਨਹੀਂ ਉਹਨਾਂ ਨੂੰ ਸਿਰਫ ਮੁਸਲਮਾਨ ਮਾਰਨਾ ਹੀ ਸੀ ਓਏ ਇਹੋ ਹੀ ਉਹਨਾਂ ਨੂੰ ਤਰਬੀਅਤ ਸੀ ਵੀ ਸੁਆਬ ਜਿਆਦਾ ਮਾਰਨਾ ਇਹਨਾਂ ਨੂੰ ਛੱਡੋ ਨਾ ਕਿ ਉਹ ਮੁਸਲਮਾਨਾਂ ਨੂੰ ਮਾਰਨਾ ਕੋਈ ਨੇਕੀ ਦਾ ਕੰਮ ਸਮਝਦੇ ਸੀ ਬਾਏ ਨੇਕੀ ਸਮਝਦੇ ਸੀ 2-3 ਮਹੀਨੇ ਪਹਿਲਾਂ ਕੋਈ ਹੋਰ ਵੀ ਉਧਰ ਹਿੰਦੂ ਆਏ ਸੀ ਬਾਹਰੋਂ ਉੱਥੇ ਉਧਰ ਪਠਾਨਾਂ ਨਾਲ ਲੜਾਈ ਲੜੀ ਹੋ ਕੇ ਉਧਰੋਂ ਮਾਰੇ ਵੱਡੇ ਬਚਾਰੇ ਆ ਗਏ ਤੇ じゃ ਅਸੀਂ ਇਧਰੋਂ ਨਿਕਲ ਕੇ ਮਾਰੇ ਵੱਡੇ ਇਧਰ ਆਏ ਆ ਦੋ ਪਤਰਾ ਮਾਰੇ ਵੱਡੇ ਗਏ ਆ ਉਹਨਾਂ ਵਾਲੇ ਜਾਂ ਜਾਨ ਵਾਲੇ ਉਹ ਤੁਹਾਨੂੰ ਸਾਲਾ ਜੀ ਬੈਠੇ ਰਹੇ ਦੋ ਕੁਛ ਉਹ ਗੱਲਾਂ ਬਾਤਾਂ ਬਹੁਤ ਕਰਦੇ ਹੁੰਦੇ ਪਿੰਡ ਦੇ ਵਿੱਚ ਕੋਈ ਮੇਲਾ ਵੀ ਲੱਗਦਾ ਸੀ ਲੱਗਦਾ ਹੈਗਾ ਜੀ ਰੋਸ਼ਨੀ ਕਹਿੰਦੇ ਸੀ ਉਦੋਂ ਮੇਲਾ ਨਹੀਂ ਕਹਿੰਦੇ ਰੋਸ਼ਨੀ ਕਹਣਾ ਲੱਗੀ ਆ ਰੋਸ਼ਨੀ ਲੱਗਦੀ ਆ ਉਹ ਜਿਹੜੇ ਦਰਬਾਰ ਤੇ ਲੱਗਦੀ ਸੀ ਉਹ ਦਰਬਾਰ ਵਾਲੇ ਜਿਹੜੇ ਬਜ਼ੁਰਗ ਸੀ ਉਹਨਾਂ ਦਾ ਕੀ ਨਾਮ ਸੀ ਫਤਿਹ ਅਲੀ ਸ਼ਾ ਤੇ ਬਸੰਤ ਅਲੀ ਸ਼ਾ ਉਹਦੇ ਦੋ ਨਾਵਾਂ ਤੇ ਉਹਦਾ ਨਾਂ ਪੈਂਦਾ ਸੀ ਆਪ ਕਿਤੇ ਕਿਤੇ ਆਉਂਦਾ ਸੀ ਰੋਟੀ ਲੈਣ ਆਉਂਦਾ ਸੀਗਾ ਤੇ ਬਗਲੀ ਪਾਈ ਇਸਾਈ ਕੀ ਮੰਨੀ ਮਾਤਾ ਇੰਨਾ ਹੀ ਕਹਿਣਾ ਉਹਨੇ ਬਸ ਹੋਰ ਕੁਝ ਨਹੀਂ ਕਹਿਣਾ ਰੋਟੀ ਲੈ ਗਏ ਬਾਹਰ ਕੋੜਿਆਂ ਤੋਂ ਵੀ ਰੋਟੀ ਆਉਂਦੀ ਸੀ ਲੈ ਕੇ ਆਉਂਦੇ ਸੀ ਬੰਦੇ ਘਲਦੇ ਸੀਗੇ ਉਹ ਉੱਥੇ ਦਰਬਾਰ ਤੇ ਜਿਹੜਾ ਆਵੇ ਖਾ ਕੇ ਤੁਰਿਆ ਜਾਂਦਾ ਹੀ ਉੱਥੇ ਕੋਈ ਨਾਂ ਨਹੀਂ ਸੀ ਇਦਾਂ ਹੀ ਤੇ ਮੇਲਾ ਚੰਗਾ ਲੱਗਦਾ ਸੀ ਉਹਨਾਂ ਦਾ ਮੇਲਾ ਬਹੁਤ ਵੱਡਾ ਲੱਗਦਾ ਸੀ ਮੇਲਾ ਸ਼ਦੀਕ ਗਾਉਣ ਵਾਲਾ ਆਉਂਦਾ ਸੀਗਾ ਮਾਰ ਬਰਕਤ ਆ ਬਰਕਤ ਹੁਣੀ ਸਰਾਬੇ ਦੇ ਹੁੰਦੇ ਸੀ ਇਹ ਉਹ ਜਲਸਾ ਕਰਦੇ ਸੀ ਬੋਲੀਆਂ ਪਾਉਂਦੇ ਸੀ ਉਹ ਬੜੇ ਆਉਂਦੇ ਸੀਗੇ ਬਹੁਤ ਸਾਰਾ ਸੀ ਤਿੰਨ ਦਿਨ ਮੇਲੇ ਦੇ ਰੋਜ਼ ਉੱਥੇ ਹੀ ਰਹਿਣਾ ਹੈ ਇਹਦਾ ਮੇਲਾ ਭਰਦਾ ਸੀ ਬਹੁਤ ਮਠਿਆਈ ਦੀਆਂ ਦੁਕਾਨਾਂ ਕੀ ਹੋਰ ਕੀ ਮਤੀਰਾ ਬਹੁਤ ਉਦੋਂ ਚੱਲਦਾ ਹੈ ਮਤੀਰਾ ਦਾ ਰੁੱਤ ਮਤੀਰੇ ਦੀ ਹੁੰਦੀ ਮਤੀਰਾ ਜੀ ਨੂੰ ਹਦਵਾਣੇ ਦਵਾਣਾ ਹਾਂ ਹਾਂ ਦਵਾਣਾ ਵੀ ਕਹਿੰਦੇ ਮਤੀਰੇ ਉਹ ਉਹ ਬੜੇ ਚੱਲਦੇ ਸੀ ਉਸ ਵਕਤ ਦੇ ਵਿੱਚ ਤੇ ਤੁਸੀਂ ਆਪਣੀ ਉਮਰ ਕਿੰਨੀ ਕਿ ਮੇਲੇ ਦੇਖੇ ਹੋ ਮੇਲੇ ਤਾਂ ਜੀ ਹੁਣ ਜਿੰਨਾ ਚਿਰ ਰਹੇ ਆ ਵੇਦੇ ਹੀ ਰਹੇ ਜਿੰਨਾ ਚਿਰ ਉਮਰ ਜਵਾਨ ਰਹੇ ਨਹੀਂ ਤੁਸੀਂ ਉਥੇ ਜਦੋਂ ਆਏ 17 18 ਸਾਲ ਦੇ ਸੀ ਤੁਸੀਂ 10 15 ਦਫਾ ਤਾਂ ਮੇਲੇ ਆ ਦੇਖੇ ਹੋਣਗੇ 10 12 ਦਾ ਉਹ ਟਕ ਜਿੰਨਾ ਜੇ ਸੀਗਾ ਪਤਾ ਸੋ ਲੱਗਦਾ ਉਹਨਾਂ ਚਿਰ ਤਾਂ ਸਿਆਣੇ ਹੋਏ ਉਹਨਾਂ ਚਿਰ ਤਾਂ ਵੇਦੇ ਹੀ ਰਹੇ ਨੇ ਨਿੱਕੇ ਵੀ ਜਵਾਕ ਰਹਿੰਦੇ ਨੂੰ ਮਾਈ ਬਾਪ ਲੈ ਜਾਂਦੇ ਘਰ ਉਹ ਨਾਲ ਲੈ ਜਾਂਦੇ ਸੀ ਤੇ ਪਰ ਉਹ ਨਹੀਂ ਨੱਚਦਾ ਰਹਿੰਦਾ ਵੀ ਕਿਦੋਂ ਲਗਾਏ ਕਿਉਂ ਨਹੀਂ ਤੇ ਚਿੜੀ ਜੇ ਦੋ ਚਿੜੀਆਂ ਚਿੜੀ ਇੱਕ ਸੀ ਕਿ ਦੋ ਉੱਥੇ ਵੀ ਦੋ ਬਜ਼ੁਰਗ ਬੈੰਦੇ ਸੀ ਇੱਕ ਧਰਮੇ ਕੇ ਵਾਜਦੇ ਸੀਗੇ ਇੰਦਗੜ ਦੇ ਨਾਲ ਹੀ ਸੀ ਇੱਕ ਸਾਈ ਸੀ ਮੁਹੰਮਦ ਬਾਸ਼ ਕੇ ਉਹਦਾ ਨਾਂ ਸੀ ਕੋੜਾ ਰੱਖਦਾ ਹੁੰਦਾ ਹੀਗਾ ਉੱਥੇ 11ਵੀਂ ਪੱਕਦੀ ਸੀ ਹੁਣ ਵੀ ਕਹਿੰਦੇ ਪੱਕਦੀ ਸੁਣਿਆ ਹਾਂਜੀ ਉੱਥੇ ਕਿ ਹਿੰਦੂਆਂ ਦੇ ਵੀ ਮੇਲੇ ਲੱਗਦੇ ਸੀ ਕਿ ਡੇਰਿਆਂ ਡੂਰਿਆਂ ਤੇ ਨਹੀਂ ਕੋਈ ਹਿੰਦੂਆਂ ਦਾ ਮੇਲਾ ਨਹੀਂ ਸੀ ਲੱਗਦਾ ਸਿਰ ਮੁਸਲਮਾਨ ਪੀਰ ਦਾ ਹੀ ਮੇਲਾ ਲੱਗਿਆ ਬਹੁਤ ਸੁਬਨਾਂ ਦਾ ਲੱਗਦਾ ਸੀ ਮੁਸਲਮਾਨਾਂ ਦਾ ਪਿੰਡ ਦੇ ਵਿੱਚ ਸਕੂਲ ਵੀ ਹੈਗਾ ਸੀ ਸਕੂਲ ਸੀਗਾ 8ਵੀਂ ਜਮਾਤ ਦਾ ਸੀਗਾ ਤੇ ਉਹ ਜਿਹੜਾ ਸਕੂਲ ਦਾ ਮਾਸਟਰ ਹੈਡ ਹੁੰਦਾ ਸੀ ਉਹ ਮੁਸਲਮਾਨ ਸੀ ਉਹਨੇ ਬਹੁਤ ਬੱਚੇ ਹਿੰਦੂਆਂ ਦੇ ਸਿੱਖਾਂ ਦੇ ਪੜ੍ਹਾਏ ਉਹ ਅੰਗਲੀਸ਼ ਆ ਦੀ ਮਕਾਨ ਕੋਲੇ ਇਕੱਠ ਕਰਕੇ ਉੱਥੇ ਉਹਨਾਂ ਨੂੰ ਲੈ ਗਏ ਉਹਨਾਂ ਨੂੰ ਜਿਹੜੇ ਨੂੰ ਉਹ ਵਾਸਤੇ ਭਾ ਰਿਆ ਉਹਦੇ ਮੋਢੇ ਮਾਢੇ ਵੱਢ ਕੇ ਮਾਰ ਦਿੱਤਾ ਉਹਨਾਂ ਨੇ ਨਹੀਂ ਮਾਫੀ ਨਹੀਂ ਕੀਤੀ ਕੋਈ ਵੀ ਉਹਨੂੰ ਵੀ ਮਾਰ ਦਿੱਤਾ ਹੋਰ ਬੰਦੇ ਬਹੁਤ ਮਾਰਤੇ ਇੱਕ ਫਕੀਰਾ ਦਾ ਆਕਾਰ ਸੀ ਸਾਡੇ ਗਵਾਂਢ ਉਹ ਪਾਣੀ ਦਿੰਦਾ ਹੁੰਦਾ ਸੀਗਾ ਇੱਕ ਸਿੱਖ ਨੂੰ ਬਾਹਰ ਦੇ ਨੂੰ ਉਹ ਬਿਠਾਈ ਉੱਤੇ ਤੂਤ ਦੇ ਅ ਦਰਾਸ ਦੇ ਟਾਲੀ ਦੇ ਉਹ ਆਂਦਾ ਉਹ ਖੁਸ਼ੀਆ ਤੂੰ ਕਿੱਧਰ ਬਿਠਾਈ ਥੇ ਅਖੇ ਸਰਦਾਰ ਜੀ ਤੁਸੀਂ ਮਾਰ ਦਿਓ ਇਹਨਾਂ ਸਾਨੂੰ ਮਾਰ ਤਾਂ ਹੁਣ ਦੇਣਾ ਹੀ ਹੈ ਬੈਠੇ ਸੀ ਉਹਨੇ ਕਿਹਾ ਮਾਰ ਲੇਖਰ ਕਿੰਨਾ ਤੇਰੇ ਬੰਦੇ ਆ ਉਹਨੇ ਸਾਰੇ ਜਿੱਥੇ ਬੈਠੇ ਆਪਦੇ ਉਹਨਾਂ ਦੇ ਲੇਖਰ ਮਾਰੀ ਉਹ ਆਂਦਾ ਲੈ ਕੇ ਤੋਰ ਚਾਲ ਜਿਲੰਦਰ ਦੇ ਜਿਲੋਂ ਨੰਗ ਜਾ ਉਹ ਉਹ ਆਂਦਾ ਸੀ ਤੁਸੀਂ ਮਾਰ ਦਿਓ ਰਗਾ ਰਾ ਸਾਨੂੰ ਮਾਰ ਕੋਈ ਨਹੀਂ ਕਹਿੰਦਾ ਮਾਰਦਾ ਸਾਰੇ ਉਹ ਆਵਨ ਆ ਗਏ ਸੀ ਇਦਾਂ ਹੀ ਉਹ ਜਿਹੜੀਆਂ ਉਹਨਾਂ ਦਾ ਬੱਚੀਆਂ ਵਾਲਾ ਤੁਸੀਂ ਵਗੂਆ ਦੱਸਦੇ ਪੈਸੀ ਵੀ ਬੱਚੀਆਂ ਨਾਲ ਕੀ ਹੋਇਆ ਬੱਚੀਆਂ ਜਿਹੜੀਆਂ ਨੇ ਉਹਨਾਂ ਨੇ ਘਰੇ ਹੀ ਮਾਰ ਦਿੱਤੀਆਂ ਸੀਗੀਆਂ ਭਰਾਇਆਂ ਨੇ ਉਹਨਾਂ ਨੇ ਘਰੇ ਮਾਰ ਦਿੱਤੀਆਂ ਤੇ ਉਹ ਸਾਰੇ ਮਾਰੇ ਗਏ ਉਹਨਾਂ ਦੇ ਦੋ ਮੁੰਡੇ ਬਚ ਕੇ ਆਏ ਪਤਾ ਨਹੀਂ ਮੈਂ ਉਹ ਕਿੱਦਾਂ ਆਏ ਉਹ ਇੱਥੇ 26 ਜਾਕ ਜਨੂਬੀ ਸਰਗੋਦੇ ਕੋਲੇ ਉੱਥੇ ਬੈਠੇ ਆ ਤੇ ਉਹ ਆਪਣੀਆਂ ਕੁੜੀਆਂ ਨੂੰ ਉਹਨਾਂ ਨੇ ਕਿਉਂ ਮਾਰ ਦਿੱਤਾ ਆਪਣੇ ਹੱਥੀਂ ਜਿਹੜਾ ਉਹਨਾਂ ਕਿਹਾ ਸਿੱਖਾਂ ਲੈ ਜਾਣੇ ਉਹ ਸਲਾਮੀ ਪੜਦੇ ਸੀ ਸਾਡੇ ਨਾਲ ਵੀ ਪੜਦੇ ਸੀ ਉਹ ਜਿਆਦਾ ਰੱਖਦੇ ਸੀ ਅਸਲਾਮ ਦੀ ਤਰਬੀਤ ਆਵਾਵਾ ਉਹ ਵੀ ਜਾਣਦੇ ਸੀਗੇ ਉਹਨਾਂ ਨੇ ਕਿਹਾ ਵੀ ਸਿੱਖਾਂ ਨੇ ਕੁੜੀਆਂ ਲੈ ਜਾਣੀਆਂ ਇਹਨਾਂ ਨੂੰ ਮਾਰ ਦਈਏ ਇਦਾਂ ਹੋਈ ਤੇ ਸਕੂਲ ਦੇ ਵਿੱਚ ਜਿਹੜੇ ਹਡਮਾਸਟਰ ਸਾਹਿਬ ਸੀਗੇ ਉਹਨਾਂ ਦਾ ਕੀ ਨਾਮ ਸੀ ਉਹਨਾਂ ਦਾ ਕਾਇਮ ਸੀ ਕਾਇਮ ਸੀ ਉਹਨਾਂ ਦਾ ਕਾਇਮ ਰਾਈ ਜਾਤ ਦੇ ਸੀ ਤੁਸੀਂ ਵੀ ਸਕੂਲ ਜਾਂਦੇ ਰਹੇ ਜੀ ਜਾਂਦੇ ਰਹੇ ਆ ਪਰ ਮੈਂ ਸਕੂਲੇ ਮਹਾਰਾਜਾ ਅਸਲਾਮ ਦੀ ਕਿਤਾਬ ਕਿਤੇ ਪੜਨ ਜਾਂਦਾ ਹੁੰਦਾ ਇਹਦੋਂ ਬਸ ਦੋ ਕੁ ਵਰਕੇ ਵਾਲੀ ਅੱਲਾ ਅੱਲਾ ਖੈਰ ਸੇਲਾ ਤੇ ਹੋਰ ਕੋਈ ਐਸੇ ਬੰਦੇ ਵੀ ਹੈ ਨੇ ਜਿਨ੍ਹਾਂ ਨੇ ਮੁਸਲਮਾਨਾਂ ਦੇ ਨਾਲ ਭਲਾਈ ਕੀਤੀ ਹੋਵੇ ਕੋਈ ਚੰਗਾ ਕੰਮ ਕੀਤਾ ਹੋਵੇ ਮੁਸਲਮਾਨਾਂ ਦਾ ਕੋਈ ਸਾਥ ਦਿੱਤਾ ਹੋਵੇ ਇਹ ਹੁਣ ਗੁੱਜਾ ਗੋਜਾ ਤਾਂ ਬਾੜਾ ਪਤਾ ਹੀ ਨਹੀਂ ਸਿੱਖਾਂ ਕਿਹੜਿਆਂ ਨੇ ਦਿੱਤਾ ਕਿਹੜਿਆਂ ਨੇ ਬਾਹਰ ਦੇ ਆਉਂਦੇ ਉਹ ਤਾਂ ਛੱਡਦੇ ਹੀ ਨਹੀਂ ਉਹਨਾਂ ਨੂੰ ਤਾਂ ਪੈਸੇ ਨਾਲ ਹੈ ਹੀ ਨਹੀਂ ਮਾਰ ਕੇ ਰਾਹ ਪੈਂਦੇ ਸੀ ਉਹਨਾਂ ਕਤਲੋਕਾਰ ਤਾਂ ਕਰਦੇ ਸੀ ਇਹ ਬੁੜੀਆਂ ਨੂੰ ਲੈ ਜਾਂਦੇ ਸੀ ਕੁੜੀਆਂ ਜਵਾਨਾਂ ਨੂੰ ਲੈ ਜਾਂਦੇ ਸੀ ਇਦਾਂ ਕਰਦੇ ਸੀ ਜਿਹੜੇ ਜੋ ਨਹੀਂ ਇਹ ਕੰਮ ਸੀ ਉਹਨਾਂ ਦਾ ਬਸ ਤੇ ਜਿਹੜੇ ਮਿਲਟਰੀ ਲੈਣ ਵਾਸਤੇ ਬਾਰ-ਬਾਰ ਜਾਂਦੇ ਸੀਗੇ ਮੋਗੇ ਦੇ ਵਿੱਚ ਉਹ ਜਿਹੜੇ Hindu ਸੀਗੇ ਉਹਨਾਂ ਦਾ ਕੀ ਨਾਮ ਸੀ ਉਹਨਾਂ ਦਾ ਇੱਕ ਦਾ ਗਰਚਾਨ ਸੀ ਉਹ Hindu ਸੀ ਤੇ ਦੂਜੇ ਸਿੱਖ ਸੀਗੇ ਉਹ ਉਹ ਇੱਕ ਨੇ ਦਾ ਉੱਥੇ ਘਰੀ ਮੈਂ ਸੁਣਿਆ ਇਹ ਬਚਾਦੇ ਸੀ ਇਕੱਠੇ ਕਰਕੇ ਪੈਂਦੀ ਵਾਕੀਆਂ ਦੇ ਘਰ ਜਿੱਦਾਂ ਇਸ ਤਰ੍ਹਾਂ ਉਹਨਾਂ ਨੇ ਰੱਖਲੇ ਕੋਲੇ ਛਜੂ ਤੇਲੀ ਕੇ ਜਿੱਦਾਂ ਤਾਂ ਬਾਕੀ ਜਿਹੜੇ ਸੀਗੇ ਬਾਹਰ ਜ ਬਾਕੀ ਜਿਹੜੇ ਉਹਨਾਂ ਦੇ ਰਾਮ ਹੀ ਸੀ ਜਿਆਦਾ ਬਾਹਰ ਗਿਆ ਜਾਂ ਗਰਚਾਰ ਨ ਸੁਣਿਆ ਬਰਾਗੀਆਂ ਦਾ ਉਹ ਹਿੰਦੂਆ ਜੀ ਦਾਖਲ ਸੀ ਉਹ ਵੀ ਸੁਣਿਆ ਗਿਆ ਸਾਈਕਲ ਤੇ ਗਿਆ ਉਹਦਾ ਸਾਈਕਲ ਵੀ ਘਟ ਹੁੰਦੇ ਸੀ ਇਹਨਾਂ ਨੇ ਕੋਈ ਕੋਸ਼ਿਸ਼ ਕੀਤੀ ਹੈ ਬਚਾਉਣ ਦੀ ਬਹੁਤੀ ਵੀ ਜਾ ਕੇ ਮਿਲਟਰੀ ਨੂੰ ਲੈ ਆਈਏ ਇਹਨਾਂ ਦੀ ਜਾਨ ਬਚ ਮਿਲਟਰੀ ਵੀ ਲੱਭੀ ਇਹਨਾਂ ਨੂੰ ਦੋ ਕਾਫਲੇ ਮਾਰ ਗਏ ਤੀਏ ਜੇ ਲੱਭੀ ਜਾ ਕੇ ਉਹ ਬੰਦੇ ਬਚੇ ਫਿਰ ਇਹਨੇ ਸਹੀ ਰਾਮ ਨੇ ਬਚਾਏ ਉਹਦੇ ਮੁੰਡਾ ਵੀ ਸੁਣਿਆ ਰਾਮਦੇ ਉਦੋਂ ਹਾਲਾਤ ਕੋਈ ਵੀ ਨਹੀਂ ਸੀ ਤੇ ਅੱਲਾਹ ਨੇ ਹਾਲਾਤ ਵੀ ਉਦੋਂ ਹੀ ਕਦੇ ਕਹਿੰਦੇ ਉਹਨੇ ਪਗਾਮ ਭੇਜਿਆ ਜਲੰਧਰ ਨਕੋਤਰ ਵੀ ਮੇਰੇ ਅੱਲਾਹ ਨੇ ਪੈਦਾ ਬਚਾ ਦਿੱਤਾ ਮੈਨੂੰ ਇਦਾਂ ਵੀ ਹੋਈ ਸੁਣਿਆ ਇਹ ਰਾਮ ਦਾ ਪੂਰਾ ਨਾਂ ਕੀ ਸੀ ਰਾਮ ਹੀ ਸੀ ਉਦੋਂ ਤਾਂ ਕਹਿੰਦੇ ਹੋਰ ਮੈਨੂੰ ਉਹਦਾ ਨਾਂ ਦਾ ਨਹੀਂ ਸਿਰਫ ਰਾਮ ਰਾਮ ਹੀ ਸੀ ਰਾਮ ਸਰ ਆਲਾ ਰਾਮ ਕਹਿੰਦੇ ਪੱਠਾ ਵੀ ਹੁੰਦਾ ਸੀ ਕਦੇ ਜਵਾਨੇ ਚ ਉਹਦਾ ਉੱਥੇ ਵਿਦਾ ਅਸਰ ਬੀਰੀਆਂ ਖੜੀਆਂ ਹੁੰਦੀਆਂ ਕੋਈ ਤੋੜੀ ਜਾਵੇ ਕੋਈ ਪੁੱਛਦਾ ਨਹੀਂ ਬੇਰ ਨਾ ਉਹਦਾ ਕਦਰ ਨਾ ਕਰਦਾ ਉਹ ਮੁੜ ਕੇ ਹੁਣ ਪਤਾ ਨਹੀਂ ਜ਼ਮੀਨ ਬਣਾ ਲਈ ਉਹ ਵੱਡ ਸਟੀਆਂ ਹੋਣ ਗਿਆ ਉਹਦਾ ਕੋਈ ਕਦਰ ਬੀਰੀਆਂ ਦਾ ਹੈ ਨਹੀਂ ਸੀਗਾ ਕੋਈ ਤੋੜੀ ਫਿਰੇ ਖਾਈ ਫਿਰੇ ਕੋਈ ਨਹੀਂ ਕਹਿੰਦਾ ਕਿਸੇ ਨੂੰ ਕੁਝ ਵੀ ਅੱਛਾ ਤੇ ਇਹ ਸਾਧੂ ਸਿੰਘ ਦਾ ਵੀ ਤੁਸੀਂ ਨਾਮ ਲਿਆ ਜੀ ਉਹ ਕੌਣ ਸੀ ਜੀ ਉਹ ਸਾਧੂ ਸਾਹਿਬ ਦੀ ਸਿੱਖੀ ਸੀ ਉਹ ਵੀ ਉਹ ਸਾਡਾ ਗਵਾਂਡੀ ਸੀ ਨਾਲ ਦਾ ਤੇ ਤੁਹਾਡਾ ਜਿਹੜਾ ਘਰ ਸੀਗਾ ਉੱਥੇ ਉਹ ਕਿਹੜੇ ਬਲੇ ਜੀ ਸੀਗਾ ਉਹ ਸੀ ਬਕਾਪੁਰ ਗਵਾਰਡ ਸੀ ਬਕਾਪੁਰ ਗਵਾਰਡ ਵਜਦਾ ਸੀ ਇਹ ਬਕਾਪੁਰ ਗਵਾਰਡ ਦਾ ਜਿਹੜਾ ਨੰਬਰਦਾਰ ਸੀ ਉਹਦਾ ਕੀ ਨਾਮ ਸੀ ਉਹ ਇਹਦੇ ਨੰਬਰਦਾਰ ਤਾਂ ਮੇਰੇ ਜੀਨ ਚ ਨਹੀਂ ਪਾਈ ਮੈਂ ਮ ਕਹਾਂ ਕਿ ਕਿਹੜਾ ਸੀਗਾ ਤੇ ਮੈਨੂੰ ਇਹਨਾਂ ਦਾ ਯਾਦ ਨਹੀਂ ਦਾ ਹੈਗਾ ਮੈਂ ਕਹਾਂ ਤੇ ਤੁਹਾਡੇ ਜਿਹੜੇ ਗਵਾਰਡ ਦੇ ਵਿੱਚ ਕੋਈ ਸਿੱਖਾਂ ਦੇ ਜਾਂ ਹਿੰਦੂਆਂ ਦੇ ਘਰ ਵੀ ਹੈਗੇ ਸੀ ਹਿੰਦੂ ਸੀਗੇ ਹਿੰਦੂ ਸੀਗੇ ਜਿਹੜੇ ਬਾਵੇ ਕੋ ਹੁੰਦੇ ਸੀਗੇ ਬਰਾਗੀਏ ਕੋ ਹੁੰਦੇ ਸੀਗੇ ਤੇ ਖਤਰੀ ਜਿਹੜੇ ਸਭ ਹਿੰਦੂਆ ਚ ਹੀ ਸ਼ਾਮਲ ਸੀਗੇ ਇਹ ਜਿਨ੍ਹਾਂ ਦੇ ਨਾਮ ਤਾਂ ਲਵੋ ਜਿਨ੍ਹਾਂ ਦੇ ਤੁਸੀਂ ਹਿੰਦੂ ਬਰਾੜੀ ਦਾ ਜਿਹੜਾ ਜ਼ਿਕਰ ਕੀਤਾ ਇਹਨਾਂ ਦਾ ਨਾਮ ਤਾਂ ਲਵੋ ਇਹਨਾਂ ਦੇ ਨਾਮ ਕੀ ਬਾਵਿਆਂ ਦਾ ਇਹਨਾਂ ਦੇ ਵੱਡੇ ਤਾਂ ਇੱਕ ਰਾਮ ਜੀ ਸੀ ਉਹ ਉਹ ਇੱਕ ਵੱਡਾ ਨਾਮਦਾਸ ਪਾਵਾ ਸੀ ਦੂਜੇ ਰਾਮ ਜੀ ਸੀ ਦਾੜੀ ਰੱਖਦੇ ਨਾਮਦਾਸ ਮਨਾਉਂਦਾ ਸੀ ਦਾੜੀ ਬੱਗਾ ਪੂਣੀ ਅਰਗਾਹੀ ਮਾੜਾ ਮਾੜਾ ਸਿਰ ਹਿੱਲਦਾ ਹੁੰਦਾ ਸੀ ਉਦੋਂ ਉਹ ਸਿੱਧਾ ਇਹੋ ਜਿਹਾ ਤੇ ਉਹਦਾ ਮੁੰਡਾ ਉਹਨਾਂ ਦੇ ਗਾਂ ਮੁੰਡੇ ਸੀਗੇ ਗਿੰਦੀ ਸੀ ਕਿ ਕੀ ਮੈਨੂੰ ਨਾਂ ਭੁੱਲਾ ਗਿੰਦੀ ਕਹਿੰਦੇ ਸੀ ਉਹਨਾਂ ਦੇ ਦੋ ਮੁੰਡੇ ਜੇ ਜਾਂ ਘਰਚਾਨ ਨ ਸੀ ਉਹਨਾਂ ਦਾ ਮੁੰਡਾ ਕਿਹੜਿਆ ਨਾ ਇਹ ਨਹੀਂ ਮੈਨੂੰ ਬਸ ਘਰਚਾਨ ਤੇ ਇਹ ਇਹ ਸੀਗੇ ਉਹਨਾਂ ਚੋਂ ਅੱਛਾ ਬਾਬਾ ਜੀ ਤੁਹਾਡੀ ਉਥੇ ਵਿਆਹ ਹੋ ਗਿਆ ਸੀ ਪਿੰਡ ਦੇ ਵਿੱਚ ਸ਼ਾਦੀ ਮੇਰੀ ਦੋ ਤਿੰਨ ਸਾਲ ਪਹਿਲਾਂ ਹੀ ਉਧਰ ਚੱਕਰ ਹੋਈ ਸੀ ਚੱਕਰ ਅੱਛਾ ਇਹ ਪਾਰਟੀਸ਼ਨ ਤੋਂ ਵੰਡ ਹੋਣ ਤੋਂ ਪਹਿਲੇ ਤੁਹਾਡਾ ਵਿਆਹ ਹੋ ਗਿਆ ਹੋਇਆ ਸੀ ਹੋਇਆ ਸੀ ਸ਼ਾਦੀ ਹੋਈ ਸੀ ਉਧਰ ਹੀ ਕੋਈ ਬੱਚਾ ਵੀ ਹੈਗਾ ਸੀ ਨਹੀਂ ਉਧਰ ਕੋਈ ਬੱਚਾ ਨਹੀਂ ਸੀ ਸ਼ਾਦੀ ਤੁਹਾਡੀ ਹੋਈ ਕਿਹੜੀ ਥਾਂ ਤੇ ਕਿਹੜੇ ਪਿੰਡ 'ਚ ਹੋਈ ਸੀ ਚੱਕਰ ਚੱਕਰ ਸੀਗਾ ਲੁਧਿਆਣੇ ਦੇ ਜ਼ਿਲ੍ਹੇ 'ਚ ਸੀਗਾ ਲੁਧਿਆਣੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਚੱਕਰਪਿੰਡ ਦੇ ਵਿੱਚ ਤੁਹਾਡਾ ਵਿਆਹ ਹੋਇਆ ਹਾਂਜੀ ਹਾਂ ਜਗਰਾਵਾਂ ਤੋਂ ਪਰਾਂ ਨੂੰ ਸੀਗਾ ਤੁਹਾਡੇ ਜਿਹੜੇ ਸਸਰ ਸੀਗੇ ਉਹਨਾਂ ਦਾ ਕੀ ਨਾਮ ਸੀ ਚੱਕਰਪਿੰਡ ਦੇ ਵਿੱਚ ਉਹਦਾ ਨਾਂ ਨਾਂ ਸੀ ਖਿਉਣਾ ਉਹ ਸਾਡੇ ਪਿੰਡ ਵੀ ਸ਼ਾਦੀ ਛੁਦਾ ਸੀ ਸਾਡੇ ਪਿੰਡ ਦੇ ਭੂਆ ਹੀ ਲੱਗਦੇ ਉਹ ਇੱਥੇ ਵਿਆਹ ਆ ਸੀਗਾ ਸਾਡੇ ਵਲੈਤਿਏ ਸੀਗੇ ਉਹਨਾਂ ਦੀਆਂ ਭੈਣ ਸੀਗੇ ਉਹਦੇ ਘਰ ਯਾਨੀ ਕਿ ਤੁਹਾਡਾ ਸਹੁਰਾ ਤੁਹਾਡੇ ਪਿੰਡ 'ਚ ਵਿਆਹਿਆ ਸੀਗਾ ਪਹਿਲਾਂ ਹਾਂਜੀ ਹਾਂ ਸਾਨੂੰ ਤਾਂ ਹੀ ਰਿਸ਼ਤਾ ਸਾਨੂੰ ਹੋਇਆ ਸੀ ਇਹ ਮਿਲਿਆ ਹੀ ਗਏ ਉਦੋਂ ਛੋਟਿਆਂ ਨੂੰ ਕਰ ਲੈਂਦੇ ਸੀ ਬੱਚਿਆਂ ਨੂੰ ਐਡੇ ਜਵਾਨਾਂ ਨੂੰ ਵੀ ਨਹੀਂ ਕਰਦੇ ਅੱਛਾ ਛੋਟੇ-ਛੋਟੇ ਹੁੰਦਿਆਂ ਦਾ ਰਿਸ਼ਤੇ ਤੈਅ ਕਰਦੇ ਛੋਟਿਆਂ ਦੇ ਕਰ ਲੈਂਦੇ ਸੀ ਉਦੋਂ ਰਿਸ਼ਤੇ ਰਿਸ਼ਤੇ ਹੀ ਤੈਅ ਕਰਦੇ ਸੀ ਜਾਂ ਵਿਆਹ ਵੀ ਕਰ ਦਿੰਦੇ ਸੀ ਵਿਆਹ ਵੀ ਹੋ ਜਾਂਦਾ ਹੈ ਰਿਸ਼ਤੇ ਵੀ ਤੈਅ ਹੋ ਜਾਂਦੇ ਵਿਆਹ ਜਿਹੜੀ ਐਨੀ ਉਮਰ ਹੁਣ ਜਿੰਨੀ ਨਹੀਂ ਸੀ ਕਰਦੇ ਉਦੋਂ ਥੋੜੀ ਜਿਹੀ ਕਰ ਦਿੰਦੇ ਸੀ 12-14 ਸਾਲ ਦੇ ਹੋ ਜਾਂਦਾ ਹੈ ਇਥੋਂ ਤੁਹਾਨੂੰ ਬਚਾ ਕੇ ਕਿਹਨੇ ਕੱਢਿਆ ਵੀ ਤੁਸੀਂ ਚਲੇ ਜਾਓ ਬਾਬਾ ਜੀ ਪਾਕਿਸਤਾਨ ਨੂੰ ਸਾਡੇ ਦਾ ਇੱਕ ਗਵਾਂਡੀ ਨੇ ਕਿਹਾ ਸੀ ਇੱਕ ਮੇਰਾ ਸੰਡੂ ਸੀ ਆ ਉਹ ਪਹਿਲਾਂ ਹੀ ਤਾਂ 3 ਮਹੀਨੇ ਕਹਿੰਦਾ ਸੀ ਪਾਕਿਸਤਾਨ ਬਣ ਗਿਆ ਆਪਾਂ ਚਲੇ ਚੱਲੀਏ ਨਿਕਲ ਚੱਲੀਏ ਤੇ ਸਾਡਾ ਵਾਲਦ ਕਹਿਣ ਲੱਗਾ ਜਾ ਪਾੜਿਆ ਤੂੰ ਇਦਾਂ ਹੀ ਕਰਦਾ ਰਿਹਾ ਕਦੇ ਘਰਾਂ ਤੋਂ ਵੀ ਹਿੱਲੇ ਆ ਉਹ ਉਹ ਬਹੁਤ ਪਹਿਲਾਂ ਕਹਿੰਦਾ ਰਿਹਾ ਵੀ ਆਪਾਂ ਚਲੇ ਚੱਲੀਏ ਇਥੋਂ ਨਿਕਲ ਕੇ ਤੇ 3 ਮਹੀਨੇ ਪਹਿਲਾਂ ਹੀ ਤੇ ਉਹ ਮੰਨਿਆ ਹੀ ਕੋਈ ਨਹੀਂ ਉਹਦੀ ਕੋਈ ਮੰਨਿਆ ਨਹੀਂ ਗਾ ਨਹੀਂ ਉਹ ਹਿੱਲੇ ਹੀ ਨਹੀਂ ਕਰਾਂ ਤੋਂ ਪਿੰਡ ਦੇ ਸਾਰੇ ਦੇ ਵਿੱਚ ਟੋਟਲ ਕਿੰਨੀ ਕੀ ਕਤਲਗਾਰਤ ਹੋਈ ਤੁਹਾਡੇ ਅੰਦਾਜ਼ਾ ਜੀ ਕਿੰਨੀ ਕੀ ਦੁਨੀਆ ਵਰਡ ਘਟਦੇ ਹੋਗੇ ਦੀ ਨਜ਼ਰ ਹੋ ਗਈ ਉਹ ਤਾਂ ਬਚਿਆ ਹੀ ਮੇਰਾ ਖਿਆਲ ਤਿਆ ਕੇ ਸ ਚੌਥਾ ਮਸੀ ਬਚਿਆ ਪਿੰਡ ਸਾਰਾ ਹੀ ਮਾਰਿਆ ਗਿਆ ਉੱਥੇ ਕੋਈ ਨਹੀਂ ਬਚਿਆ ਜਿਹੜਾ ਤਿੰਨ ਹੀ ਸੇ ਪਿੰਡ ਮਾਰਿਆ ਗਿਆ ਉਹਦੇ ਵਿੱਚ ਕੋਈ ਅੰਦਾਜ਼ਾ ਹੈ 1000 2000 5000 ਕਿੰਨਾ ਕ ਬੰਦਾ ਮਾਰਿਆ ਉਹ ਤਾਂ ਬਾਲਾ ਹੀ ਹੈ ਜੇ 1000 ਤਾਂ ਕੋਈ ਚੀਜ਼ ਨਹੀਂ ਹਜ਼ਾਰਾਂ ਬਹੁਤ ਬੰਦਾ ਮਾਰਿਆ ਗਿਆ ਬਹੁਤ ਉਥੋਂ ਫਿਰ ਆਪਣੇ ਪਿੰਡੋਂ ਨਿਕਲੇ ਪਾਕਿਸਤਾਨ ਕਿਵੇਂ ਕਿਵੇਂ ਪਹੁੰਚੇ ਕੈਂਪ ਕਿੱਥੇ ਲਗਾ ਪਾਕਿਸਤਾਨ ਅਸੀਂ ਆਂਦੇ ਫਤਿਹਪੁਰ ਸੀ ਮੀਲਕ ਦੇ ਅਸੀਂ ਆਂਦੇ ਜਿਹੜਾ ਫਾਸੇਪੁਰ ਚਲਾ ਗਿਆ ਉਹ ਮੁਸਲਮਾਨ ਪਾਕਿਸਤਾਨ ਦੀ ਚਲਾ ਗਿਆ ਉਥੋਂ ਫਿਰ ਅਸੀਂ ਨਿਕਲੇ ਰਾਤੋਂ ਰਾਤ ਪਡੋਰੀ ਆ ਗਏ ਪਡੋਰੀ ਆਉਂਦੇ ਆਉਂਦਿਆਂ ਨੂੰ ਸ਼ਾਮ ਪੈ ਗਈ ਸ਼ਾਮ ਦੇਣੇ ਆਇਆ ਘਰੋਂ ਨਿਕਲੇ ਜੋਰ ਕੋਲੇ ਉਹਦੇ ਬੋਰੀਆਂ ਚਰਾਂ ਤੇ ਮੀ ਦਾ ਅਨੁਮਾਨ ਸੀ ਦਾ ਰੱਖ ਕੇ ਤੇ ਦਾਤੀਆਂ ਫੜੀਆਂ ਹੱਥਾਂ 'ਚ ਵੀ ਕਹਿਣਗੇ ਪੱਟੇ ਲੈਣ ਚੱਲੇ ਆ ਤੇ ਉਹ ਇਸ ਤਰ੍ਹਾਂ ਸੀ ਘਰਾਂ ਤੋਂ ਨਿਕਲੇ ਕੱਲੇ ਕੱਲੇ ਹੋ ਕੇ ਘਰਾਂ ਤੋਂ ਨਿਕਲ ਕੇ ਗੁਰਦੁਆਰੇ ਦੇ ਨਾਲ ਦੀ ਤੋ ਅਸੀਂ ਇੱਕ ਸਿੱਖ ਬੈਠੇ ਹੁਣ ਗੁਰਦੁਆਰੇ ਦੇ ਪਰਲੇ ਪਾਸੇ ਨਾਲ ਹੀ ਅੰਦਰ ਦਾ ਖੂਬ ਸੀ ਉੱਥੇ ਸ਼ਰਾਬਾਂ ਝੁਰਵਾ ਪੀਂਦੇ ਲੀੜੇ ਕਾਲੀ ਸੀਗੇ ਤੇ ਮੈਂ ਉਹ ਉੱਠ ਕੇ ਖੜੇ ਹੋ ਗਏ ਤੇ ਮੈਂ ਉਥੋਂ ਉਹਨਾਂ ਇੱਕਲੇ ਤੇ ਹਟਮਾ ਉੱਥੋਂ ਫੇਰ ਮੈਂ ਗੁਰਦੁਆਰੇ ਦੀ ਕੰਦ ਨਾ ਜਾ ਲਗਾ ਉਥੋਂ ਗਾਂ ਫੇਰ ਨਿਕਲਿਆ ਉਹ ਨਹੀਂ ਗਾ ਗਾਂ ਉੱਥੇ 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 ਬਹਿ ਬੂਗੇ ਕਰੇ ਤੇ ਮੈਂ ਫੇਰ ਚੂੜੇ ਮਈਆਂ ਲੈ ਜਾਣ ਮੁਸਲਮਾਨਾਂ ਦੇ ਪਿੰਡਾਂ ਨੂੰ ਚਾਰਨਾਮਾ ਅੱਧ ਚੋ ਗਿਆ ਉਹ ਉਧਰ ਨੂੰ ਉਹ ਪਰਾਂ ਨੂੰ ਹੋ ਗਏ ਮੈਂ ਉਧਰੋਂ ਨਿਕਲ ਕੇ ਫਦੇ ਫੁਰ ਚਲਾ ਗਿਆ ਇਦਾਂ ਹੋਏ ਇਦਾਂ ਦੇ ਨਿਕਲੇ ਕੱਲੇ ਸੀਗੇ ਜਾਂ ਤੁਹਾਡੇ ਨਾਲ ਹੋਰ ਵੀ ਘਰ ਦੇ ਜੀ ਸੀਗੇ ਮੈਂ ਕੱਲਾ ਸੀ ਨਾਲ ਹੀ ਪਿੱਛੇ ਸਾਡੇ ਮਾਈ ਬਾਪ ਮਾਈ ਸੁਰੀ ਆਉਂਦੀ ਸੀ ਘਰੋਂ ਵੀ ਮੇਰੇੋਂ ਇਦਾਂ ਨਿਕਲਦੇ ਇੰਨਾ ਡਰ ਕੱਲੇ ਕੱਲੇ ਹੋ ਗਏ ਅਸੀਂ ਇਹਨਾਂ ਵਦ ਵਿਥ ਪੈ ਗਈ ਥੋੜੀ ਥੋੜੀ ਸਾਡੀ ਸਾਰਿਆਂ ਦੀ ਤੇ ਆ ਗਏ ਉਹ ਵੀ ਜਾਨੀ ਸਾਰੇ ਨਾਲ ਹੀ ਮੇਰੇ ਤੇ ਕੈਂਪ ਫਿਰ ਫਤਿਹਪੁਰ ਲਗਾ ਸੀ ਕੈਂਪ ਲੱਗਾ ਸੀ ਫਤਿਹਪੁਰ ਨਹੀਂ ਲੱਗਾ ਕੈਂਪ ਕਿਤੇ ਵੀ ਨਹੀਂ ਲੱਗਾ ਕੈਂਪ ਉਹ ਰਾਤੋਂ ਰਾਤ ਹੀ ਮੁਸਲਮਾਨਾਂ ਦੇ ਪਿੰਡ ਸਾਰੇ ਰਲਦੇ ਆਏ ਅਨੇ ਜਦੋਂ ਅਸੀਂ ਖੰਭੀ ਆਏ ਨਾ ਖੰਬੇ ਫਤਿਹਗੜ ਫਜ਼ੂਰਾਂ ਦੇ ਕੋਲੇ ਖੰਬੇ ਸੀ ਉਹ ਰਾਈ ਗੋਟੀਆਂ ਕੰਡ ਹੈ ਹੱਲੇ ਮੱਕੀਆਂ ਨੂੰ ਵੇਖੋ ਤੁਹਾਡੀ ਮੱਕੀ ਬਣੀ ਜਾਂਦੇ ਤੁਸੀਂ ਤਾਂ ਅਸੀਂ ਕਿਹਾ ਕੜੀ ਬੰਡ ਦੇ ਬਰੋਨੇ ਤੁਸੀਂ ਕੀ ਕੰਨ ਲੱਗੇ ਤੋਰੋ ਨਾਲ ਉਹ ਮਗਰੋਂ ਜਿਹੜੇ ਰਹਿ ਨਹੀਂ ਉੱਠਦੇ ਸੀ ਉਹਨਾਂ ਨੂੰ ਮਾਰਦੇ ਹੀ ਪਿੱਛੋਂ ਸਿੱਖ ਪੈ ਜਾਂਦੇ ਸੀ ਉਦੋਂ ਹੀ ਉਹ ਉੱਠ ਕੇ ਨਾਲ ਹੀ ਸਾਡੇ ਅਸੀਂ ਮਖੂ ਜੋਗੇ ਵਾਲਿਆ ਬੈਠੇ ਸਟੇਸ਼ਨ ਤੇ ਉਤੋਂ ਉੱਠੇ ਨਾਲ ਹੀ ਮਖੂ ਆ ਗਏ ਮਖੂ ਆ ਮਖੂ ਜਦੋਂ ਆਇਆ ਤਾਂ ਉਥੇ ਫੇਰ ਮਿਲਟਰੀ ਮਾਰਨ ਵਾਲੀ ਤੁਰ ਜਾਵੇ ਮੁਸਲਮਾਨੀ ਮੋਕੀ ਆਏ ਹਿੰਦੂ ਵੀ ਮਾਰਨੇ ਮਿਲਟਰੀ ਜਦੋਂ ਮੁਸਲਮਾਨੀ ਤਾਦਨੂ ਆ ਗਈ ਉਦੋਂ ਹੀ ਉਹਨਾਂ ਨੇ ਕਲਮਾ ਪੜ੍ਹ ਕੇ ਦੱਸਿਆ ਵੇ ਅਸੀਂ ਮੁਸਲਮਾਨ ਆ ਕਬਰਾਇਓ ਉਹਨਾਂ ਤੇ ਫੇਰ ਸਾਡਾ ਸੁਖ ਸਾਹਿਬ ਵਿਆਹ ਤੇ ਅਸੀਂ ਉਦੋਂ ਹੀ ਉਹਨਾਂ ਨੇ ਤੋੜ ਲੇ ਤੋੜ ਕੇ ਦਾ ਦੋ ਦੂਜੇ ਦਿਨ ਇਧਰ ਬਗੰਡਾ ਸਿਓ ਵਾਲੇ ਹੱਟਾਪ ਕੇ ਹੀ ਇਧਰ ਆ ਗਏ ਕਸੂਰ अच्छा ਤੁਸੀਂ ਗੰਡਾ ਸਿੰਘ ਵਾਲਾ ਬਾੜਾ ਟੱਪਿਆ ਤੇ ਕਸੂਰ ਆ ਗਏ ਫਿਰ ਕਸੂਰ ਤੋਂ ਮਿੰਟ ਗੁਮਰੀ ਤੇ 39 ਚੱਕ ਇੱਥੇ ਕਿਵੇਂ ਪਹੁੰਚੇ ਇੱਥੇ ਅਸੀਂ ਗੱਡੀਆਂ ਮੋਸਤ ਚਲਦੀਆਂ ਸੀ ਜਿੱਦ ਨੂੰ ਮਰਜ਼ੀ ਚੜੇ ਜਾਓ ਕੋਈ ਪੋਛਦਾ ਨਹੀਂ ਭਾਵੇਂ ਕਿੱਥੇ ਮਰਜ਼ੀ ਪਾਕਿਸਤਾਨ ਦੇ ਤੋਂ ਰਹਿ ਜਾਓ ਕਈ ਉੱਤੋਂ ਡਿੱਗ ਕੇ ਰਾਤ ਨੂੰ ਸੁੱਤੇ ਪੇ ਮਰ ਜਾਂਦੇ ਇਹ ਮਾਲ ਗੱਡੀਆਂ ਦੇ ਉੱਤੇ ਡੱਬਿਆਂ ਦੇ ਪੈ ਜਾਂਦੇ ਸੀ ਤੇ ਕਈ ਵਿੱਚ ਬਹਿ ਜਾਂਦੇ ਐਦਾਂ ਹੀ ਬਸ ਮਰਦੀ ਜਾਂਦੀ ਸੀ ਦੁਨੀਆ ਕੋ ਬਿਮਾਰ ਹੋ ਗਏ ਕਸੂਰ ਬਹੁਤ ਬਿਮਾਰ ਹੋਏ ਮਰੇ ਐਦਾਂ ਹੋਈ ਕੜੇ ਬਹੁਤ ਬੁਆਰ ਹੋਏ ਮਰੇ ਉਥੇ ਪਾਂਚੇ ਵਧੀਆ ਹਸਪਤਾਲ ਦੇ ਗੱਡੀ ਆਉਂਦੀ ਚੱਕ ਕੇ ਲੈ ਜਾਂਦੀ ਹਾਇ ਹਾਇ ਕਰਦਾ ਉਦੋਂ ਹੀ ਬੰਦਾ ਮਰ ਜਾਂਦਾ ਹੈ। ਬਾਬਾ ਜੀ ਵਸਾਕਾ ਸਿੰਘ ਨੇ ਜਿਹੜਾ ਮੁਸਲਮਾਨਾਂ ਦੇ ਨਾਲ ਜ਼ੁਲਮ ਤੇ ਜ਼ਿਆਤੀ ਕੀਤੀ। ਉਹਦੀ ਤਰ੍ਹਾਂ ਫਿਰ ਜਰਾ ਇੱਕ ਵਾਰੀ ਤਫਸੀਲ ਨਾਲ ਸਾਨੂੰ ਸੁਣਾਓ ਵੀ ਉਹਨੇ ਕਿੰਨਾ ਕੁ ਜ਼ੁਲਮ ਕੀਤਾ ਮੁਸਲਮਾਨਾਂ ਨਾਲ। ਉਹਨੇ ਤਾਂ ਬਹੁਤ ਕੀਤਾ ਉਹਨੇ ਤਾਂ ਥੋੜਾ ਕੀਤਾ ਹੀ ਨਹੀਂ ਨਾ ਉਹ ਇੱਕ ਕਾਰ ਤੇ ਬਚਾਉਂਦਾ ਤਾਂ ਤਾਂ ਬਹੁਤ ਬੰਦੇ ਬਚਾ ਸਕਦਾ ਹੀਗਾ। ਉਹਨਾਂ ਦਾ ਸਾਰੀ ਉਂਗਲ ਇਹ ਸੀ ਵੀ ਇੱਕ ਨਹੀਂ ਛੱਡਣਾ ਮਾਰ ਹੀ ਦੇਣਾ ਕੋਈ ਹੋਵੇ ਮੱਥੇ ਲੱਗੇ ਸਈ ਉਹ ਤਾਂ ਮਰਵਾਉ ਸੀਗਾ ਤੇ ਤਾਂ ਆਪਰਾ ਸੀਗਾ ਲੋਗੜ ਵਾਲਾ ਜਿਹੜਾ ਸੀਗਾ ਰਤਨ ਸਿੰਘ ਉਹ ਅਸਲਾ ਦਿੰਦਾ ਸੀ ਉਹ ਗੰਦਾ ਹੀ ਆਸਲਾ ਲਵੋ ਤੇ ਛੱਡਨੇ ਨਹੀਂ ਮੁਸਲਮਾਨ ਮਾਰਨੇ ਸਾਰੇ ਉਹਦੀ ਮਾਂ ਨੇ ਕਿਹਾ ਵੀ ਪੁੱਤ ਮੁਸਲਮਾਨ ਮੈਂ ਪਿੰਡ ਦੇ ਨਹੀਂ ਮਾਰਦੇ ਨੇ ਇੱਕ ਨਹੀਂ ਮਾਰਦੇਣਾ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਮਰਵਾਵੇਂਗਾ ਤਾਂ ਉਹਨੇ ਉਹ ਨਹੀਂ ਮਰਵਾਇਆ ਤੇ ਸਾਡੇ ਚੱਕਾਂ ਦਾ ਕੋਈ ਛੱਡਿਆ ਨਹੀਂ ਕਰਨੀ ਇਦਾਂ ਹੋਈ ਹੈ ਇਹ ਜਿਹੜਾ ਵਿਸਾਕਾ ਸਿੰਘ ਸੀਗਾ ਇਹਨੇ ਇੰਨੇ ਮੁਸਲਮਾਨ ਮਰਵਾਏ ਕਤਲ ਕਰਵਾਏ ਸ਼ਹੀਦ ਕਰਵਾਏ ਉਹਨੂੰ ਇਹ ਸਾਰਾ ਕੁਝ ਕਰਵਾ ਕੇ ਕੀ ਲੱਭਦਾ ਸੀ ਕੋਸ਼ਿਸ਼ ਵੀ ਨਹੀਂ ਲੱਭਿਆ ਮੈਂ ਤਾਂ ਇਹ ਸੁਣਿਆ ਵੀ ਉਹ ਹਲਕ ਕੇ ਮਰਿਆ ਮਗਰੋਂ ਹਲਕਾ ਪਿਆ ਕੋਈ ਆਂਦਾ ਮੂੰਹ ਪਾਣੀ ਗਿਆ ਤੇ ਮੈਨੂੰ ਕਿਸੇ ਬੰਦੇ ਨੇ ਖਾਸ ਦੱਸਿਆ ਵੀ ਉਹ ਹਲਕਾ ਗਿਆ ਹੀ ਫੇ ਮਰਿਆ ਹਾਂਜੀ ਫਿਰ ਜ਼ਾਲਮ ਦਾ ਜਿਹੜਾ ਅੰਜਾਮ ਆ ਉਹ ਤਾਂ ਭੜਾ ਹੀ ਹੁੰਦਾ ਜੀ ਤੇ ਹੁਣ ਤੁਸੀਂ ਪਿੰਡ ਵਾਲਿਆਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਯਾਰ ਬੇਲੀ ਜਿਨ੍ਹਾਂ ਦੇ ਨਾਲ ਤੁਹਾਡੇ ਚੰਗੇ ਤਲਕ ਸੀਗੇ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਰਹੇ ਉਹਨਾਂ ਦੇ ਵਿੱਚੋਂ ਅਗਰ ਕੋਈ ਜ਼ਿੰਦਾ ਹੋਵੇ ਤੇ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਪਿੰਡ ਵਾਲਿਆਂ ਨੂੰ ਕੀ ਪੈਗਾਮ ਦੇਣਾ ਉਹਨਾਂ ਦਾ ਮੈਂ ਪਤਾ ਕੀਤਾ ਕੋਈ ਬੰਦਾ ਹੱਲੇ ਤਾਈਂ ਕੋਈ ਜ਼ਿੰਦਾ ਨਹੀਂ ਰੀਦਾ ਇੱਕ ਮਿੱਤਾ ਸਿੰਘ ਸੀਗਾ ਸੀ ਉਹ ਤਾਂ ਚ ਖੇਲਦਾ ਰਤ ਨੂੰ ਉਹਦਾ ਜਗਿੰਦਰ ਸਿੰਘ ਮੁੰਡਾ ਉਹ ਉਹਨਾਂ ਚ ਪਤਾ ਨਹੀਂ ਕੋਈ ਹੈਗਾ ਕਿ ਨਹੀਂ ਮਿੱਤਾ ਤਾਂ ਨਹੀਂ ਹੋਣਾ ਤਾਂ ਜਗਿੰਦਰ ਸਿੰਘ ਉਰਫ ਵੀਰਾ ਵੀ ਕਹਿੰਦੇ ਸੀ ਉਹਨੂੰ ਮੁੰਡੇ ਨੂੰ ਉਹ ਬਾਹਲੇ ਘਰਾਂ ਦੇ ਰਹਿੰਦਾ ਸੀ ਉਹ ਉਹਨਾਂ ਚ ਹੋਵੇ ਤਾਂ ਕੋਈ ਪਤਾ ਨਹੀਂ ਹੋਰ ਕੋਈ ਨਹੀਂ ਹੈਗਾ ਜਿਹਨਾਂ ਸਾਡਾ ਨਹੀਂ ਨਾ ਇੱਕ ਵੀ ਹੈ ਨਹੀਂਗਾ ਉਥੇ ਪਿੰਡ ਦੇ ਵਿੱਚ ਕੋਈ ਨਹੀਂਗਾ ਹੈਗਾ ਖੁਸ਼ੀਆ ਸੀਗਾ ਉਹਦਾ ਮੁੰਡਾ ਹੀ ਰਾਜ ਉਹ ਜਾਣਦਾ ਹੁੰਦਾ ਸੀਗਾ ਸਾਨੂੰ ਉਹ ਕੋਈ ਨਹੀਂ ਰਿਹਾ ਬੰਦੇ ਸਾਰੇ ਤੁਰ ਗਏ ਕੋਈ ਨਹੀਂ ਰਿਹਾ ਬਾਬਾ ਜੀ ਕੋਈ ਗੱਲ ਨਹੀਂ ਜੇ ਬੰਦੇ ਤੁਰ ਗਏ ਉਹਨਾਂ ਦੀ ਅੱਗੇ ਔਲਾਦ ਤੇ ਹੋएगी ਨਾ ਜਦੋਂ ਤੁਸੀਂ ਉਹਨਾਂ ਦੇ ਮਾਂ ਪਿਓ ਦਾ ਨਾਮ ਲਵੋਗੇ ਤੇ ਉਹ ਮੁੰਡੇ ਖੁਸ਼ ਹੋਣਗੇ ਆ ਛੋਟੀ ਲਾਤ ਤਾਂ ਖੁਸ਼ ਹੁਣ ਵੀ ਹੁੰਦੀ ਹੈ ਵਾਕੀ ਜੇ ਨਾਮ ਲਈਦਾ ਨਾ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡੇ ਸਾਰਿਆਂ ਦਾ ਨਾਮ ਲੈਂਦੇ ਆ ਹੈਗੇ ਆ ਰਾਜ ਦੇ ਕਹਿੰਦੇ ਮੁੰਡੇ ਖੁਸ਼ੀਏ ਦੇ ਖਤਰੀ ਦੇ ਹੈਗੇ ਆ ਮੁੰਡੇ ਗਾਂਹ ਪਤਾ ਨਹੀਂ ਉਹ ਕਿੰਨੇ ਆ ਕੀ ਕਰਦੇ ਦੁਕਾਨ ਕਰਦੇ ਉਹ ਜਵਾਨੇ ਚ ਇਹ ਨਹੀਂ ਪਤਾ ਵੇ ਹੁਣ ਹੈਗੇ ਕਿ ਨਹੀਂ ਜਿਹੜੇ ਤੁਹਾਡੇ ਯਾਰ ਬੇਲੀਆਂ ਦੀਆਂ ਔਲਾਦਾਂ ਆਂਗੇ ਜ਼ਿੰਦਾ ਨੇ ਉਹਨਾਂ ਨੂੰ ਕੀ ਪੇਗਾਮ ਦੇਓਗੇ ਉਹਨਾਂ ਨੂੰ ਵੀ ਦੱਸੋ ਕਿ ਉਹਨਾਂ ਨੂੰ ਕੀ ਸੁਨੇਹਾ ਦੇ ਦਿਓ ਸੁਨੇਹਾ ਤੁਹਾਡਾ ਪਹੁੰਚ ਜਾਣਾ ਉੱਥੇ ਉਹਨਾਂ ਨੂੰ ਤਾਂ ਇਹੋ ਹੀ ਆ ਅਸੀਂ ਕਹਿੰਦੇ ਜਾਈਏ ਤਾਂ ਮਿਲ ਗਏ ਹੁਣ ਉਹਦਾ ਪੇਗਾਮ ਕੀ ਵਿਚਾਰੇ ਨੂੰ ਦਈਏ ਉਹ ਸਾਨੂੰ ਜਾਣਦੇ ਤਾਂ ਹੋਏ ਨਾ ਤੇ ਉਹ ਤਾਂ ਪਿੰਡ ਦਾ ਕੋਈ ਵੀਜ਼ਾ ਲੱਗ ਗਿਆ ਤੇ ਫੇਰ ਤਾਂ ਅਸੀਂ ਹੋਇਆ ਵਾਂਗੇ ਜੇ ਨਾਂ ਲੱਗਾ ਤਾਂ ਫੇਰ ਵਾਸਨੀ ਪਾਸਪੋਰਟ ਤਾਂ ਬਣ ਹੀ ਜਾਣਾ ਉਹ ਦਿੱਤਾ ਬਣਨਾ ਅਗਲਾ ਡੇਟ ਖਤਮ ਹੋ ਗਈ ਸੀ ਤੇ ਕਹਿੰਦੇ ਜਾਣ ਨਹੀਂ ਦਿੰਦੇ ਹਾਲੇ ਤੁਹਾਡਾ ਵੈਸੇ ਕਿੰਨਾ ਕੁ ਦਿਲ ਕਰਦਾ ਪਿੰਡ ਜਾਣ ਨੂੰ ਉਹ ਪਿੰਡ ਜਾਣ ਨੂੰ ਤਾਂ ਫਿਰ ਅੱਜ ਦਾ ਕਰਦਾ ਮੇਰਾ ਵੱਡਾ ਭਾਈ 2 ਸਾਲ ਹੋ ਗਏ ਮੇਰੇ ਨੂੰ ਵੀ ਜਿਆਦਾ ਸਾਰੇ ਉਹਦਾ ਨੰਬਰ ਜ਼ਿਆਦਾ ਸਾਰਿਆਂ ਨੂੰ ਜਾਣਦਾ ਹੀ ਉਹ ਫੌਤ ਹੋ ਗਿਆ ਉਹ ਜਾਂਦੇ ਜਾਂਦੇ ਹੀ ਰਹਿ ਗਏ ਬਸ ਅੱਛਾ ਤੇ ਉਹ ਪਿੰਡ ਨੂੰ ਕਿੰਨਾ ਕੁ ਯਾਦ ਕਰਦੇ ਹੁੰਦੇ ਸੀ ਤੁਹਾਡੇ ਵੱਡੇ ਉਹ ਤਾਂ ਬਾਹਲਾ ਯਾਦ ਹੁੰਦਾ ਬਾਹਰ ਬੰਦੇ ਨੂੰ ਮੇਲੇ ਨੂੰ ਵੀ ਜ਼ਿਆਦਾ ਮੈਂ ਤਾਂ ਕੁਝ ਨਹੀਂ ਜਾਣਦਾ ਉਹ ਮੈਨੂੰ 10 ਸਾਲ ਵੱਡਾ ਸੀ ਉਹ ਤਾਂ ਬਾਹਲਾ ਹੀ ਜਾਣਦਾ ਸੀ ਨੰਬਰਦਾਰਾਂ ਦੇ ਨਾਂ ਸਾਰਿਆਂ ਦੇ ਸਿੱਖਾਂ ਦੇ ਮੁਸਲਮਾਨਾਂ ਦੇ ਉਹ ਬਾਹਲੇ ਜਾਣਦਾ ਸੀ ਉਨੇ ਕਿੰਨੀ ਵਾਰੀ ਕਿਹਾ ਸੀ ਮੈਂ ਪਿੰਡ ਜਾਣਾ ਚਾਹੁੰਦਾ ਮੈਂ ਚੱਕਰ ਲਾ ਕੇ ਆਉਂਦਾ ਇੱਕ ਵਾਰੀ ਕਿਤੇ ਇੱਕ ਵਾਰੀ ਉਹ ਤਾਂ ਜਿਉਂ ਆਏ ਆ ਤਾਂ 10 ਸਾਲ ਇਦਾਂ ਹੀ ਆਖਦੇ ਰਹੇ ਜਾਣਾ ਜਾਣਾ ਬਸ ਜਾ ਨਹੀਂ ਹੋ ਉਹ ਅੱਲਾ ਨੂੰ ਪਿਆਰੇ ਹੋ ਗਏ ਤੇ ਹੋਰ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਕਦੇ ਵੀ ਨਾ ਭੁੱਲਦੀ ਹੋਵੇ ਵੀ ਆਹ ਕੰਮ ਨਹੀਂ ਹੋਣਾ ਚਾਹੀਦਾ ਸੀ ਬਾਕੀ ਤਾਂ ਜੋ ਹੋ ਗਿਆ ਸੋ ਹੋ ਗਿਆ ਕੋਈ ਐਸੀ ਗੱਲ ਉਹ ਰੇਤਾਂ ਦੀ ਗੱਲ ਕੀ ਕੋਈ ਯਾਦ ਨਹੀਂ ਕੀ ਕਹਿ ਸਕਦੇ ਅਸੀਂ ਇਹ ਆ ਹੋਣਾ ਚਾਹੀਦਾ ਆ ਨਹੀਂ ਅੱਲਾ ਰੋਟੀ ਦੇਈ ਜਾਂਦਾ ਖਾਈ ਜਾਂਦੇ ਹੁਣ ਅਮੀਰ ਤਰੀ ਜਾਂਦਾ ਹੈ ਨਹੀਂ ਦੀ ਵੀ ਅਸੀਂ ਕੋਠੀਆਂ ਪਾ ਕੇ ਬਹਿ ਗਏ ਆ ਤੇ ਮਰਬਿਆਂ ਵਾਲੇ ਤਾਂ ਹੈ ਨਹੀਂ ਦੇ ਤੇ ਆਪ ਦਾ ਮਕਸਦ ਸਾਡਾ ਅੱਲਾ ਮਾਰੀ ਜਾਂਦਾ ਸਹੀ ਹੈ ਇਹ ਕੋਈ ਗੱਲ ਨਹੀਂ ਜੀ ਉੱਚੇ ਨਹੀਂ ਨਹੀਂ ਟਾਈਮ ਚੰਗੇ ਮਾੜੇ ਹਾਲਾਤ ਇਹ ਤਾਂ ਕੋਈ ਨਹੀਂ ਇਹ ਤਾਂ ਸਭ ਰੱਬ ਦੇ ਵਾਸਤੇ ਇਹਦੇ 'ਚ ਕੋਈ ਗੱਲ ਨਹੀਂ ਤੇ ਬਾਕੀ ਇਨਸ਼ਾਅੱਲਾ ਅਗਰ ਕੋਈ ਹਾਲਾਤ ਬਿਹਤਰ ਹੋਣਗੇ ਤੁਹਾਡਾ ਵੀਜ਼ਾ ਲੱਗੇਗਾ ਤੁਸੀਂ ਇਨਸ਼ਾਅੱਲਾ ਆਪਣਾ ਪਿੰਡ ਦੀ ਇੱਕ ਵਾਰੀ ਫੇਰ ਦੇਖ ਕੇ ਆਓ ਇਹ ਤਾਂ ਬੜਾ ਸ਼ੌਕ ਆ ਦੇਖਣ ਦਾ ਤਾਂ ਹੁਣ ਐਵੇਂ ਕਹੀਏ ਚਲੇ ਜਾਈਏ ਤਾਂ ਲੈ ਸਪਾਵੇਂ ਸਾਡੀਆਂ ਅੱਖਾਂ ਪੰਨ ਦੇ ਵੀ ਅਸੀਂ ਘਰਾਂ ਨੂੰ ਆਪਦੇ ਨੂੰ ਸਿੱਧੇ ਫੇਰ ਵੀ ਜਿਆ ਜਾਰਦਾਰ ਮਾਨਾ ਵੀ ਜਾ ਸਕਦੇ ਆ ਇਹਨਾਂ ਹੁਮਾਨ ਆਏਗੇ ਆ ਦੇਖਣ ਦੇ ਦੇ ਸਬਜ਼ੁਰਗਨ ਦੇ ਨਾਲ ਅੱਜ ਦੀ ਮੁਲਾਕਾਤ ਮੁਕੰਮਲ ਹੋਈ ਇਨਸ਼ਾਅੱਲਾ ਫਿਰ ਕਿਸੇ ਨਵੇਂ ਬਜ਼ੁਰਗ ਮਹਿਮਾਨਾਂ ਦੇ ਨਾਲ ਦੁਬਾਰਾ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਅਸਲਾਮੁਅਲੈਕਮ